ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਵੈਲਕਮ ਟੂ ਸਕਸੈਸ ਟ੍ਰੀ ਹਾਂਜੀ ਤਾਂ ਬੇਸਿਕਲੀ 8 ਅਰਜ਼ਾ ਦਿਨ ਥੈਟ ਇਜ਼ 9 ਅਪ੍ਰੈਲ 2022 9 ਅਪ੍ਰੈਲ 2022 ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਨੂੰ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਡਿਸਕਸ ਕਰਨ ਵਾਲੇ ਆਂ ਦੇਖੋ ਕਰੰਟ ਅਫੇਅਰਸ ਜਿਹੜੇ ਨੇ ਸਾਡੇ ਪੇਪਰ ਦੇ ਵਿੱਚ ਬੇਸਿਕਲੀ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਅਗਰ ਆਪਾਂ ਐਗਜ਼ਾਮ ਲੈਵਲ ਦੀ ਗੱਲ ਕਰੀਏ ਸਾਡਾ ਕੋਈ ਵੀ ਐਗਜ਼ਾਮ ਜਿਹੜਾ ਆਪਾਂ ਦੇਣ ਜਾਂਦੇ ਆ ਉਹਦੇ ਵਿੱਚ ਕਰੰਟ ਅਫੇਅਰਸ ਆਪਣਾ ਹੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਿਉਂਕਿ ਪੇਪਰ ਦੇ ਵਿੱਚ ਕਰੰਟ ਅਫੇਅਰਸ ਦੇ ਕੁਐਸਚਨ ਆਣੇ ਹੀ ਆਣੇ ਨੇ ਤਾਂ ਕਰੰਟ ਅਫੇਅਰ ਦੀ ਪ੍ਰੈਪਰੇਸ਼ਨ ਨਾਲ-ਨਾਲ ਕਰਨਾ ਬਹੁਤ ਜ਼ਰੂਰੀ ਹੈਗਾ ਤਾਂ ਉਸੇ ਕਰੰਟ ਅਫੇਅਰਸ ਦੀ ਪ੍ਰੈਪਰੇਸ਼ਨ ਨੂੰ ਕੰਟੀਨਿਊ ਰੱਖਦੇ ਹੋਏ ਆਪਾਂ ਡੇਲੀ ਕਰੰਟ ਅਫੇਅਰਸ ਦੀ ਕਲਾਸ ਕਰਦੇ ਆ 11:30 ਵਜੇ ਐਂਡ ਅੱਜ ਫੇਰ ਬਹੁਤ ਹੀ ਇੰਪੋਰਟੈਂਟ ਕਰੰਟ ਅਫੇਅਰਜ਼ ਰੈਨ ਵਾਲੇ ਨੇ ਪੇਪਰ ਪੁਆਇੰਟ ਆਫ 뷰 ਤੋਂ ਬਹੁਤ ਹੀ ਇੰਪੋਰਟੈਂਟ ਵੈਰੀ 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 ਇੰਪੋਰਟੈਂਟ ਤਾਂ ਕਲਾਸ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੈਗਾ ਤਾਂ ਕਿ ਕੰਪਲੀਟ ਇਨਫੋਰਮੇਸ਼ਨ ਆਪਾਂ ਗੇਨ ਕਰ ਪਾਈਏ ਕੁਝ ਵੀ ਪਿੱਛੇ ਨਾ ਰਵੇ ਹਾਂਜੀ ਹੈਪੀ ਦੁਰਗਾਸ਼ਟਮੀ ਜੀ ਹੈਪੀ ਦੁਰਗਾਸ਼ਟਮੀ ਦੁਰਗਾਸ਼ਟਮੀ ਟੂ 올 ਆਫ ਯੂ ਚਲੋ ਤਾਂ ਬੇਸਿਕਲੀ ਇੱਕ ਵਾਰੀ ਮੈਨ ਫਟਾਫਟ ਦੱਸ ਦੋ ਕਿ ਸਭ ਕੁਝ ਮੇਰੀ ਆਵਾਜ਼ ਵਗੈਰਾ ਪ੍ਰੋਪਰ ਆ ਰਹੀ ਹੈ ਆਮ ਆਡੀਬਲ ਵਿਜ਼ੀਬਲ ਸਭ ਕੁਝ ਓਕੇ ਹੈ ਤਾਂ ਆਪਾਂ ਕਲਾਸ ਨੂੰ ਪ੍ਰੋਸੀਡ ਕਰਦੇ ਆਂ हाँ जी जल्दी तो जल्दी सारे बच्चे ज्वाइन कर लगर चैनल नए है यूट्यूब चैनल लो नहीं किया बैलाइकन दबना नहीं भुलना ठीक है जी वॉल्यूम स्लो है ठीक है वॉल्यूम स्लो है अपने लैवल से चैक किया वॉल्यूम फुल हैगा अपने लैवल से एक बार प्लीज चेक कर लो कि लैवल से कोई इशू तो को नहीं है वोल्यूम का ऑल ओके okay. चलो तो पहला मैं ये दसो कि प्रीवियस किसे किसी कोई डाउट है प्रीवियस क्लासिज का सब कुछ ओके okay चल रहा है किसी बच्चे कोई डाउट है ठीक है आवाज़ घट आ रही है कोई गल नहीं बच्चे मैं बेसिकली चेक करवा रहा टेक्निकल टीम मैं इन्फॉर्म कर देता है ठीक है वो चेक कर रहे हैं ठीक है ਪ੍ਰੀਵਿਅਸ ਕਲਾਸਿਸ ਦੇ ਵਿੱਚ ਜੋ ਵੀ ਹੈਗਾ ਤੁਸੀਂ ਡੇਲੀ ਅਟੈਂਡ ਕਰ ਰਹੇ ਹੋ ਉਹਨਾਂ ਦੇ ਵਿੱਚ ਅਗਰ ਕੋਈ ਡਾਊਟ ਤੁਹਾਨੂੰ ਨਿਕਲ ਕੇ ਆਉਂਦਾ ਤੁਹਾਨੂੰ ਕੋਈ ਕਲਾਸ ਪੜ੍ਹਦੇ ਵਕਤ ਤੁਹਾਨੂੰ ਲੱਗਦਾ ਹੈ ਨਹੀਂ ਇਹ ਚੀਜ਼ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਸੀਗੀ ਕੋਈ ਕਨਫਿਊਜ਼ਨ ਲੱਗਦੀ ਹੈ ਤਾਂ ਪਲੀਜ਼ ਕਨਸਰਨ ਕਲਾਸ ਦੇ نیچے ਕਮੈਂਟ ਕਰ ਦਿਆ ਕਰੋ ਕਨਸਰਨ ਕਲਾਸ ਦੇ نیچے ਕਮੈਂਟ ਕਰ ਦਿਆ ਕਰੋ ਹਾਂਜੀ ਬੱਚੇ ਵਾਇਸ ਦਾ ਇਸ਼ੂ ਆ ਰਿਹਾ ਸੀਗਾ ਹੁਣ ਕਲੀਅਰ ਹੈ ਦੱਸੋ ਹੁਣ ਆਵਾਜ਼ ਪ੍ਰੋਪਰ ਆ ਰਹੀ ਹੈ ਜਿਹੜੇ ਜਿਹੜੇ ਬੱਚਾ ਨੂੰ ਵਾਇਸ ਦਾ ਇਸ਼ੂ ਆ ਰਿਹਾ ਸੀਗਾ ਨਾਓ ਇਜ਼ ਇਟ ਓਕੇ ਹਾਂਜੀ ਹੁਣ ਠੀਕ ਹੈ ਚਲੋ ਠੀਕ ਹੈ ਜੀ ਚਲੋ ਚਲੋ ਜੀ ਤਾਂ ਹੁਣ ਆਪਾਂ ਕਲਾਸ ਨੂੰ ਅੱਗੇ ਪ੍ਰੋਸੀਡ ਕਰਦੇ ਹਾਂ 9 April 2022 ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਸਾਡੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ ਪੰਜਾਬ ਦੀ ਪੰਜਾਬ ਦੀ ਅਗਰ ਆਪਾਂ ਗੱਲ ਕਰੀ ਤਾਂ ਪੰਜਾਬ ਸਰਕਾਰ ਨੇ ਇੱਥੇ ਦੇਖੋ ਪੰਜਾਬ ਦੇ ਵਿੱਚ ਪਿਛਲੇ ਕਈ ਟਾਈਮ ਤੋਂ ਜਦੋਂ ਦਾ ਇਲੈਕਸ਼ਨ ਹੋਏ ਨੇ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਆਇਆ ਹੈਗਾ ਤੱਕ ਕਈ ਸਾਰੇ ਐਕਟੀਵਿਟੀਜ਼ ਇੱਥੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਟੈਰਰਿਸਟ ਅਟੈਕ ਕਹਿ ਸਕਦੇ ਆ ਗੈਂਗਸਟਰ ਅਟੈਕਸ ਆਪਾਂ ਕਹਿ ਸਕਦੇ ਆ ਕਿ ਗੈਂਗਸਟਰ ਜਿਹੜੇ ਨੇ ਪੰਜਾਬ ਦੇ ਵਿੱਚ ਬਹੁਤ ਐਕਟਿਵ ਹੋਏ ਹੋਏ ਨੇ ਬਹੁਤ ਐਕਟਿਵ ਹੋਏ ਹੋਏ ਨੇ ਤਾਂ ਕਈ ਸਾਰੇ ਅਟੈਕਸ ਇੱਥੇ ਦੇਖਣ ਨੂੰ ਮਿਲੇ ਨੇ ਕਈ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਕਈ ਸਾਰੇ ਲੋਕਾਂ ਦੇ ਉੱਤੇ ਅਟੈਕ ਹੋਏ ਇਹ ਚੀਜ਼ ਇੱਥੇ ਦੇਖਣ ਨੂੰ ਮਿਲਦੀ ਹੈ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੀ ਬੜੀ ਨਵੀਂ ਸਰਕਾਰ ਨੇ ਇੱਥੇ ਇੱਕ ਐਂਟੀ ਗੈਂਗਸਟਰ ਫੋਰ ਇੱਕ ਐਂਟੀ ਗੈਂਗਸਟਰ ਫੋਰਸ ਦੀ ਅਨਾਉਂਸਮੈਂਟ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੇ ਇੱਥੇ ਕੀਤੀ ਸੀਗੀ ਦਾ ਚੀਫ ਮਿਨਿਸਟਰ ਅਨਾਉਂਸਡ ਅ ਐਂਟੀ ਗੈਂਗਸਟਰ ਫੋਰਸ ਐਂਡ ਉਸ ਐਂਟੀ ਗੈਂਗਸਟਰ ਫੋਰਸ ਨੂੰ ਹੈਡ ਕਰਨਗੇ ਦਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਪ੍ਰਮੋਦ ਬਾਨ ਪ੍ਰਮੋਦ ਬਾਨ ਇਸ ਮਿਸਟਰ ਪ੍ਰਮੋਦ ਬਾਨ ਜੀ ਇਹਨੂੰ ਹੈਡ ਕਰਨਗੇ ਬੇਸਿਕਲੀ ਪ੍ਰਮੋਦ ਬੈਂਜ ਜੀ ਦੀ ਅਗਰ ਆਪਾਂ ਗੱਲ ਕਰੀਏ ਜਾਂ ਬੇਸਿਕਲੀ ਐਂਟੀ ਗੈਂਗਸਟਰ ਫੋਰਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਪ੍ਰਮੋਦ ਬੈਂਜ ਜੀ ਨੇ ਹੀ ਇਸ ਕਰੰਟਲੀ ਵਰਕਿੰਗ ਐਟ ਦਾ ਸਪੈਸ਼ਲ ਕਰਾਈਮਸ ਐਂਡ ਇਕਨੋਮਿਕ ਆਫੈਂਸਸ ਵਿੰਗ ਦੇ ਵਿੱਚ ਏ ਡੀ ਜੀ ਪੀ ਦੇ ਤੌਰ ਤੇ ਪਦ ਨਿਭਾ ਰਹੇ ਨੇ ਕਲੀਅਰ ਐਂਡ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਕੀ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਇਹ ਨਵੀਂ ਗਠਿਤ ਇੱਕ ਬੋਡੀ ਹੈਗੀ ਹੈ ਇਸ ਦੇ ਪਹਿਲੇ ਹੈੱਡ ਬਣੇ ਨੇ ਪ੍ਰਮੋਦ ਬੈਂਜ ਜੀ ਪ੍ਰਮੋਦ ਬੈਂਜ ਜੀ ਪਹਿਲੇ ਹੈੱਡ ਇਸ ਦੇ ਬਣਾਏ ਗਏ ਨੇ ਇਸ ਐਂਟੀ ਗੈਂਗਸਟਰ ਫੋਰਸ ਨੂੰ ਹੈੱਡ ਕਰਨਗੇ ਇਸ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਚੀਫ ਮਿਨਿਸਟਰ ਸਾਹਿਬ ਨੇ ਜਿੰਨੇ ਵੀ ਸਾਡੇ ਇੱਥੇ ਕਮਿਸ਼ਨਰ ਆਫ ਪੁਲਿਸ ਨੇ ਠੀਕ ਹੈ ਤੇ ਐਸਐਸਪੀ ਹੈਗੇ ਨੇ ਇਹਨਾਂ ਸਾਰਿਆਂ ਨੂੰ ਆਦੇਸ਼ ਇਹ ਵੀ ਦਿੱਤਾ ਹੈਗਾ ਕਿ ਗੈਂਗਸਟਰਸ ਦੇ ਉੱਤੇ ਕੰਟਰੋਲ ਕਰਨਾ ਸਾਡਾ ਪ੍ਰਾਇਮਰੀ ਟਾਸਕ ਹੋਏਗਾ ਬਟ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀਆਂ ਬਾਕੀ ਦੀਆਂ ਡਿਊਟੀਆਂ ਤੁਹਾਨੂੰ ਮਿਲੀਆਂ ਹੋਈਆਂ ਨੇ ਜਿਸ ਪੱਧਰ ਤੇ ਤੁਸੀਂ ਕੰਮ ਕਰ ਰਹੇ ਹੋ ਜਿਹੜੀਆਂ ਡਿਊਟੀਆਂ ਤੁਹਾਨੂੰ ਅਸਾਈਨ ਨੇ ਉਹਨਾਂ ਦੇ ਵਿੱਚ ਕੋਈ ਕਮੀ ਆਏਗੀ ਥਿਸ ਇਜ਼ ਦਾ ਐਡੀਸ਼ਨਲ ਵਰਕ 기ਵਨ ਟੂ ਯੂ ਐਡੀਸ਼ਨਲ ਵਰਕ ਠੀਕ ਹੈ ਬਾਕੀ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਉਹ ਵੀ ਕਰਦੇ ਰਹੋਗੇ ਇਹ ਤੁਹਾਡਾ ਐਡੀਸ਼ਨਲ ਕੰਮ ਹੈ ਨਿਭਾਉਗੇ ਤਾਂ ਪੰਜਾਬ ਦੇ ਵਿੱਚ ਬਣੀ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਜਿਸ ਦੇ ਹੈੱਡ ਨੇ ADGP दैट इज ਪਰਮੋਥ ਬែន ਪਰਮੋਥ ਬែន ਕਲੀਅਰ ਜੀ ਚਲੋ ਕਲੀਅਰ ਹੋ ਗਿਆ ਅੱਗੇ ਚੱਲਦੇ ਆ ਨੈਕਸਟ ਇਜ਼ 3 ਸਾਈਟਸ ਫ্রম ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਔਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਲਿਸਟ ਦੇਖੋ ਜੀ ਰਾਜ ਸਭਾ ਦੇ ਵਿੱਚ ਬੇਸਿਕਲੀ ਇੱਕ ਕੁਐਸ਼ਨ ਰੇਸ ਕੀਤਾ ਗਿਆ ਸੀਗਾ ਰਿਕਾਰਡਿੰਗ ਦਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਸਾਈਟਸ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਲਿਸਟ ਦੇ ਵਿੱਚ 19 ਸਾਈਟਸ ਇੱਥੇ ਪਈਆਂ ਨੇ 19 ਸਾਈਟਸ ਇੱਥੇ ਇਹਨਾਂ ਨੇ ਕਨਸੀਡਰ ਕੀਤੀਆਂ ਇਹ ਕਨਸੀਡਰੇਸ਼ਨ ਦੇ ਵਿੱਚ ਪਈਆਂ ਨੇ 19 ਸਾਈਟਸ ਤਾਂ ਰਾਜ ਸਭਾ ਦੇ ਵਿੱਚ ਬੇਸਿਕਲੀ ਜਿਹੜਾ ਸਾਡੇ ਕਲਚਰ ਮਿਨਿਸਟਰ ਨੇ ਇਹਨਾਂ ਨੇ ਅਨਾਉਂਸ ਕੀਤਾ ਕਿ ਇੱਥੇ ਟੋਟਲ 19 ਸਾਈਟਸ ਨੇ 19 ਸਾਈਟਸ ਦੇ ਵਿੱਚੋਂ ਇੱਕ ਇੱਕ ਸਾਈਟ ਪੰਜਾਬ ਹਰਿਆਣਾ ਤੇ ਹਿਮਾਚਲ ਦੀ ਵੀ ਹੈਗੀ ਹੈ ਹੁਣ ਆਪਾਂ ਗੱਲ ਕਰੀਏ ਤਾਂ ਇੱਕ ਸਾਈਟ ਆ ਗਈ ਸਾਡੇ ਪੰਜਾਬ ਦੀ ਇਸ ਲਈ ਸਾਡੇ ਲਈ ਇੰਪੋਰਟੈਂਟ ਹੋ ਜਾਂਦਾ ਸਾਡੇ ਲਈ ਇੰਪੋਰਟੈਂਟ ਹੋ ਜਾਂਦਾ ਤਾਂ ਜੀ ਕਿਸ਼ਨ ਰਾਡੀ ਜੀ ਸਾਡੇ ਕਲਚਰ ਮਿਨਿਸਟਰ ਨੇ ਪਹਿਲੀ ਚੀਜ਼ ਤਾਂ ਇਹ ਵੀ ਧਿਆਨ ਰੱਖਣੀ ਹੈ ਹੀ ਇਸ ਦਾ ਕਲਚਰ ਮਿਨਿਸਟਰ ਆਫ ਇੰਡੀਆ ਤਾਂ ਇਹਨਾਂ ਨੇ ਅਨਾਉਂਸ ਕੀਤਾ ਕਿ ਪੰਜਾਬ ਦੀ ਇੱਕ ਸਾਈਟ ਇੱਥੇ ਹੈਗੀ ਆ ਠੀਕ ਹੈ 댓 ਇਜ਼ ਇਨ ਦਾ ਆਰਕੀਓਲੋਜੀਕਲ ਸਰਵੇ ਆਫ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਲਿਸਟ ਆਰਕੀਓਲੋਜੀਕਲ ਸਾਈਟਸ ਦੀ ਲਿਸਟ ਉਹਦੇ ਵਿੱਚ ਇੱਕ ਸਾਈਟ ਪਈ ਹੋਈ ਹੈ ਇਹਨਾਂ ਸਾਈਟਸ ਨੂੰ ਆਪਾਂ ਕਹਾਂਗੇ ਸਾਈਟਸ ਆਫ ਨੈਸ਼ਨਲ ਇੰਪੋਰਟੈਂਸ ਸਾਈਟਸ ਆਫ ਨੈਸ਼ਨਲ ਇੰਪੋਰਟੈਂਸ ਟੋਟਲ 19 ਨੇ ਬਟ ਉਹਦੇ ਵਿੱਚੋਂ ਇੱਕ ਪੰਜਾਬ ਦੀ ਹੈ ਪੰਜਾਬ ਦੀ ਕਿਹੜੀ ਹੈਗੀ ਹੈ ਤਾਂ ਇਹ ਹੈਗੀ ਹੈ ਮੋਹਾਲੀ ਦੇ ਵਿੱਚ ਮੋਹਾਲੀ ਚ ਕਿੱਥੇ ਮੋਹਾਲੀ ਦੇ ਮਸੋਲ ਪਿੰਡ ਵਿੱਚ ਮੋਹਾਲੀ ਦੇ ਮਸੋਲ ਪਿੰਡ ਦੇ ਵਿੱਚ ਹੈਗੀ ਹੈ ਇਹ ਜਗ੍ਹਾ ਇੱਕ ਸਾਈਟ ਜਿਹੜੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਇੱਥੇ ਫਾਊਂਡ ਕੀਤੀ ਹੋਈ ਹੈ ਐਂਡ ਉਹਨੂੰ ਕਨਸੀਡਰ ਕੀਤਾ ਜਾ ਰਿਹਾ ਹੈਗਾ ਦਾ ਸਾਈਟਸ ਆਫ ਨੈਸ਼ਨਲ ਇੰਪੋਰਟੈਂਸ ਦਾ ਸਾਈਟਸ ਆਫ ਨੈਸ਼ਨਲ ਇੰਪੋਰਟੈਂਸ ਇਹਨੂੰ ਕਨਸੀਡਰ ਕੀਤਾ ਜਾ ਰਿਹਾ ਹੈ ਮਸੋਲ ਪਿੰਡ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਕਿਉਂ ਏਦਾਂ ਦਾ ਵੀ ਆ ਸਕਦਾ ਕਿ ਮਸੋਲਪਿੰਡ ਕਿੱਥੇ ਹੈਗਾ ਕਿਹੜੇ ਡਿਸਟ੍ਰਿਕਟ ਚ ਪੈਂਦਾ ਏਦਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਆਉਂਦੇ ਨੇ ਤਾਂ ਮਸੋਲਪਿੰਡ ਦੇ ਵਿੱਚ ਇੱਕ ਸਾਈਟ ਪਾਈ ਗਈ ਇੱਕ ਆਰਕੀਓਲੋਜੀਕਲ ਲਿਸਟ ਸਾਈਟ ਜਿਹੜੀ ਹੈਗੀ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਲਿਸਟ ਦੇ ਵਿੱਚ ਹੈਗੀ ਹੈ ਐਂਡ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਇਸ ਸਾਈਟ ਨੂੰ ਕਨਸੀਡਰ ਕੀਤਾ ਹੈ ਸਾਈਟ ਆਫ ਨੈਸ਼ਨਲ ਇੰਪੋਰਟੈਂਸ ਐਂਡ ਇਸ ਦੇ ਨਾਲ ਨਾਲ ਇਹ ਸਾਈਟ ਕਿਹੜੀ ਹੈ ਮਸੋਲਪਿੰਡ ਹੈਗਾ ਮੁਹਾਲੀ ਦਾ ਮੁਹਾਲੀ ਦਾ ਮਸੋਲਪਿੰਡ ਕਲੀਅਰ ਕਿਸੇ ਨੂੰ ਕੋਈ ਡਾਊਟ ਕਲੀਅਰ ਐਂਡ ਅਗਰ ਆਪਾਂ ਗੱਲ ਕਰ ਲਈਏ ਬਾਕੀ ਦੀ ਗੱਲ ਵੀ ਕਰ ਲੈਣੇ ਆ ਠੀਕ ਹੈ ਬੇਸਿਕਲੀ ਹਿਸਾਰ ਦੇ ਵਿੱਚ ਰਾਖੀ ਗੜੀ ਦਾ ਇਲਾਕਾ ਹੈਗਾ ਉੱਥੇ ਹਰਿਆਣਾ ਦੇ ਵਿੱਚ ਉੱਥੇ ਵੀ ਇੱਕ ਸਾਈਟ ਪਾਈ ਗਈ ਹੈ ਕਲੇਸ਼ਵਰ ਮਹਾਦੇਵ ਟੈਂਪਲ ਜਿਹੜਾ ਕੀ ਕਲੇਸ਼ਵਰ ਕਾਂਗੜਾ ਡਿਸਟ੍ਰਿਕਟ ਹਿਮਾਚਲ ਪ੍ਰਦੇਸ਼ ਤੇ ਹੈਗਾ ਦਿਸ ਇਜ਼ ਦਾ ਅਨਦਰ ਸਾਈਟ ਆਫ ਹਿਮਾਚਲ ਪ੍ਰਦੇਸ਼ ਤਾਂ ਪੰਜਾਬ ਹਰਿਆਣਾ ਹਿਮਾਚਲ ਤਿੰਨਾਂ ਦੀ ਆਪਾਂ ਇੱਕ ਇੱਕ ਸਾਈਟ ਨੂੰ ਕਨਸੀਡਰ ਕੀਤਾ ਹੈਗਾ ਇੱਥੇ ਐਂਡ ਬਾਕੀ ਦੀਆਂ ਜਿਹੜੀਆਂ 16 ਸਾਈਟਸ ਨੇ ਉਹ ਹੋਰ ਕਈ ਕਈ ਡਿਸਟ੍ਰਿਕਟ ਦੀਆਂ ਹੈਗੀਆਂ ਨੇ ਪੰਜ ਤੋਂ 6 ਸਾਈਟਸ ਤਾਂ ਲਦਾਖ ਦੀਆਂ ਹੀ ਹੈਗੀਆਂ ਨੇ ਟਿਕਾ ਡੜੀਆਂ ਕਿ ਇੱਥੇ ਕੰਸੀਡਰ ਕੀਤੀਆਂ ਜਾ ਰਹੀਆਂ ਨੇ ਲੱਦਾਖ ਦੀਆਂ ਵੀ ਹੈਗੀਆਂ ਨੇ ਇੱਥੇ ਪੰਜ ਸਾਈਟਸ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਤਾਂ ਬੇਸਿਕਲੀ ਤਿੰਨ ਸਾਈਟਸ ਹੈਗੀਆਂ ਨੇ ਮਿਜ਼ੋਰਮ ਦੀਆਂ ਤਾਂ ਕਈ ਸਾਰੀਆਂ ਸਾਈਟਸ ਬਾਕੀ ਸਟੇਟਸ ਦੀ ਹੈਗੀਆਂ ਨੇ ਬਟ ਸਾਡੇ ਲਈ ਪੰਜਾਬ ਵੀ ਇੰਪੋਰਟੈਂਟ ਸੀਗਾ ਜਿਹਨੂੰ ਆਪਾਂ ਕਵਰ ਕੀਤਾ ਮਸੋਲਪੈਡ ਪੁੱਲਣਾ ਨਹੀਂ ਹੈ ਮਸੋਲਪੈਡ ਪੁੱਲਣਾ ਨਹੀਂ ਹੈ ਹਾਂਜੀ ਕੋਈ ਡਾਊਟ ਐਨੀ ਡਾਊਟ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਤਾਂ ਪਲੀਜ਼ ਆਪਣਾ ਡਾਊਟ ਪੁੱਛੋ ਆਪਾਂ ਪਹਿਲਾਂ ਏਡੀਜੀਪੀ ਬਾਰੇ ਪੜਿਆ ਸੀਗਾ ਹੁਣ ਆਪਾਂ ਪੜਿਆ ਹੈਗਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਸਾਈਟ ਬ राजेंद्र सिंह जी पंजाबी सोंग तो थो थोड़ी रोक लगा देखो पाबी सोंग वो अपने लैवल से चलते रहन किसी बेसिकली प्रोफेसन उन्होंने प्रोफैशन है उस पर बैन नहीं लगा सकते ठीक है उन्हों का फंडामेंटल राइट है क्लियर येस बेसिकली बिकॉज आर्कियोलॉजिकल सर्वे ऑफ इंडिया इज वेरी एक्टिव दीज डेज आरकीलॉजिकल सर्वे ऑफ इंडिया इस इन्होंने बहुत एक्टिव हैगा इस करके कई सारे कई सारे देखने को मिल रही है ठीक है मंत्री नाम किसी का मंत्री था नाम का नाम है जी किशन रेड्डी जी किशन रेड्डी द कल्चर मिनिस्टर ऑफ इंडिया जी किशन रेड्डी हाँ जी क्लियर चलो आगे चल रहे हैं नैक्सट कवर करा आप कवर करिए एयरपोर्ट अथॉरिटी ऑफ इंडिया लॉन्च अवसर स्कीम अवसर स्कीम that is to provide platform to the self help groups for promotion of local artisans and products dekho basically sade jede local artisans hunde ne womens hundiyan ne theek hai women self help group ho gaye ta basically womens ajkal kare baithe baithe bahut sare products bana liyane local products art craft de product hun inna products di bikri theek hai products banta jande ne bikri di bahut dikkat aandi hai kyunki loki khareedde nahi ta onna nu ek marketing platform dende hoye theek hai ਬੇਸਿਕਲੀ ਇਹਦੇ ਵੂਮਨਸ ਹੁੰਦੀਆਂ ਨੇ ਸੈਲਫ ਹੈਲਪ ਗਰੁੱਪਸ ਦੇ ਨਾਲ ਜੁੜੀਆਂ ਹੁੰਦੀਆਂ ਨੇ ਠੀਕ ਹੈ ਤਾਂ ਸੈਲਫ ਹੈਲਪ ਗਰੁੱਪਸ ਦੇ ਦੁਆਰਾ ਜੁੜੀਆਂ ਹੋਈਆਂ ਜਿਹੜੀਆਂ ਵੂਮਨਸ ਨੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਆਰਟੀਸਨ ਸਟਾਈਲ ਦੇ ਪ੍ਰੋਡਕਟਸ ਨੇ ਇਹਨਾਂ ਨੂੰ ਅੱਗੇ ਲੈ ਕੇ ਜਾਂਦੇ ਹੋਏ ਇਹਨਾਂ ਨੂੰ ਮਾਰਕੀਟਿੰਗ ਦਿੰਦੇ ਹੋਏ 에ਅਰਪੋਰਟ ਅਥਾਰਟੀ ਆਫ ਇੰਡੀਆ ਇੱਕ ਸਕੀਮ ਲਾਂਚ ਕਰ ਰਿਹਾ ਡੈਟ ਇਜ਼ ਦਾ ਅਪਰ ਬੇਸਿਕਲੀ ਮੈਂ ਤੁਹਾਨੂੰ ਦੱਸਦਾ 에ਅਰਪੋਰਟ ਅਥਾਰਟੀ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦੀ ਉਹ ਬਾਡੀ ਹੈਗੀ ਹੈ ਜਿਹੜੀ ਕਿ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਦੇ ਵਿੱਚ ਵਰਕ ਕਰ ਇੰਡੀਆ ਦੇ ਵਿੱਚ ਜਿੰਨੇ ਵੀ 에어ਪੋਰਟ ਨੇ ਉਹ ਸਾਰੇ 에어ਪੋਰਟ ਅਥਾਰਟੀ ਆਫ ਇੰਡੀਆ ਦੇ ਜੂਰਿਸਡਿਕਸ਼ਨ ਦੇ ਵਿੱਚ ਆਉਂਦੇ ਨੇ ਤੇ ਅਗਰ ਆਪਾਂ ਅੱਗੇ ਫਰਦਰ ਗੱਲ ਕਰੀਏ ਹੁਣ 에어ਪੋਰਟ ਅਥਾਰਟੀ ਆਫ ਇੰਡੀਆ ਦੀ ਜੂਰਿਸਡਿਕਸ਼ਨ ਚ ਆ ਕੇ 에어ਪੋਰਟ on 에어ਪੋਰਟਸ ਤੇ ਪੈਸੇਂਜਰ ਟਰੈਵਲ ਕਰਦੇ ਨੇ ਠੀਕ ਹੈ ਖਾਂਦੇ ਪੀਂਦੇ ਨੇ ਵੇਟ ਵੀ ਕਰਦੇ ਨੇ ਬੈਠਦੇ ਵੀ ਨੇ ਉੱਥੇ ਇੱਕ ਮਾਰਕੀਟਿੰਗ ਪਲੈਟਫਾਰਮ ਲੈ ਕੇ ਆਣਾ ਉਸ ਦੇ ਵਾਸਤੇ ਇੱਕ ਸਕੀਮ ਸਟਾਰਟ ਕੀਤੀ ਅਫਸਰ ਹੁਣ ਅਫਸਰ ਸਕੀਮ ਦਾ ਬੇਸਿਕਲੀ ਇੱਕ ਫੁੱਲ ਫਾਰਮ ਹੈ ਠੀਕ ਹੈ ਅਫਸਰ ਦਾ ਫੁੱਲ ਫਾਰਮ ਕੀ ਹੈ 에어ਪੋਰਟ ਐਜ਼ ਵੈਨਿਊ ਫੋਰ ਸਕਿਲਡ ਆਰਟੀਸਨ at airport as a venue for skilled artisans of the region ta basically jithe jithe airport hoega jithe jithe airport hoega us particular area de vich jehde self help groups honge unna de jehde artisans honge jehde products honge unna diyan utthe stalls lagaiyan lagiyan unna diyan utthe stalls lagaiya jaan giya theek hai 15 15 din karke saryan nu mauka ditta jaauga 15 15 din karke saryan nu mauka ditta jaauga stalls nu 15 15 din de recycle ਉਹਦੇ ਵਿੱਚ ਲਗਾਇਆ ਜਾਊਗਾ ਯਾਨੀ ਕਿ 15 15 ਦਿਨ ਵਾਸਤੇ ਕਿਸੇ ਨੂੰ ਮੌਕਾ ਦਿੱਤਾ ਫਿਰ 15 ਦਿਨ ਵਾਸਤੇ ਕਿਸੇ ਨੂੰ ਮੌਕਾ ਦਿੱਤਾ ਫਿਰ 15 ਦਿਨ ਵਾਸਤੇ ਕਿਸੇ ਨੂੰ ਮੌਕਾ ਦਿੱਤਾ ਰੋਟੇਸ਼ਨ ਬੇਸਿਸ ਤੇ ਇਹ ਚੀਜ਼ ਚੱਲੇਗੀ ਐਂਡ ਅਫਸਰ ਸਕੀਮ ਦੇ ਵਿੱਚ ਸਾਰੇ ਆਰਟ ਐਂਡ ਕ્રાਫਟਸ ਦੇ ਵਿੱਚ ਚੱਲਦੇ ਹੋਏ ਸਾਰਿਆਂ ਨੂੰ ਇੱਥੇ ਮੌਕਾ ਦਿੱਤਾ ਜਾਏਗਾ ਸਾਰੇ ਸੈਲਫ ਹੈਲਪ ਗਰਪਸ ਨੂੰ ਪ੍ਰਮੋਟ ਕੀਤਾ ਜਾਏਗਾ ਕਲੀਅਰ ਇਹ ਅਫਸਰ ਇਨੀਸ਼ੀਏਟਿਵ ਇੱਥੇ ਲਾਂਚ ਕੀਤਾ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ 100 ਤੋਂ ਲੈ ਕੇ 200 ਸਕਰ ਫੀਟ ਦਾ ਏਰੀਆ ਜਿਹੜਾ ਹੈਗਾ ਇਸ ਚੀਜ਼ ਵਾਸਤੇ ਰਿਜ਼ਰਵ ਰੱਖਿਆ ਜਾਏਗਾ 에어ਪੋਰਟ ਦੇ 15 15 ਦਿਨ ਦੀ ਡਿਓਰੇਸ਼ਨ ਦੇ ਵਾਸਤੇ ਰੋਟੇਸ਼ਨ ਬੇਸਿਸ ਤੇ ਅਲਾਟ ਕੀਤਾ ਜਾਏਗਾ ਹਾਂਜੀ ਆ ਵਰy ਗੁੱਡ ਇਨੀਸ਼ੀਏਟਿਵ ਟੂ ਪ੍ਰਮੋਟ ਦਾ ਲੋਕਲ ਆਰਟ ਕ્રાਫਟਸ ਲੋਕਲ ਆਰਟ ਕ્રાਫਟਸ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ 에어ਪੋਰਟ ਅਥਾਰਟੀ ਆਫ ਇੰਡੀਆ ਦੇ ਦੁਆਰਾ ਲਾਂਚ ਕੀਤਾ ਗਿਆ ਹੈ ਬਾਕਾਇਦਾ ਗੱਲ ਇੰਨੀ ਕੀ ਹੈ ਕਿ ਇਹਦੇ ਵਿੱਚ ਕ腐ਸ਼ਨ ਨਾ ਹੋਵੇ ਇਹਨਾਂ ਆਰਟ ਐਂਡ ਕ્રાਫਟਸ ਵਾਲੇ ਪ੍ਰੋਡਕਟ ਵੇਚਣ ਵਾਲਿਆਂ ਤੋਂ ਸੈਲਫ ਹੈਲਪ ਗਰੁੱਪਸ ਤੋਂ ਪੈਸੇ ਨਾ ਲਿੱਤੇ ਜਾਣ ਸਟਾਲ ਲਗਾਉਂਦੇ ਅਦਰਵਾਇਜ਼ ਥਿਸ ਇਜ਼ ਅ ਵੈਰੀ ਗੁੱਡ ਮੂਵ ਹੁਣ ਅਗਰ ਆਪਾਂ ਗੱਲ ਕਰੀਏ 에어ਪੋਰਟ ਅ ਤਾਂ ਦੇਖਿਓ ਕਿ ਪਹਿਲਾਂ ਦੱਸਿਆ ਕਿ ਇਹ ਭਾਰਤ ਸਰਕਾਰ ਦੀ ਬੋਡੀ ਹੈਗੀ ਹੈ ਇਹਨੂੰ ਇੱਕ ਐਕਟ ਦੇ ਤਹਿਤ ਪਾਰਲੀਮੈਂਟਰੀ ਐਕਟ ਦੇ ਤਹਿਤ ਬਣਾਇਆ ਗਿਆ ਸੀਗਾ 1995 ਦੇ ਵਿੱਚ 1995 ਦੇ ਵਿੱਚ ਇਸ ਦੀ ਰਚਨਾ ਹੋਈ ਸੀਗੀ ਐਕਟ ਦੇ ਤਹਿਤ ਬਣਾਇਆ ਗਿਆ ਤਾਂ ਇਹ ਹੋ ਜਾਂਦੀ ਹੈ ਸਟੈਟੂਟਰੀ ਬੋਡੀ ਇਹ ਕੀ ਹੈਗੀ ਹੈ ਸਟੈਟੂਟਰੀ ਬੋਡੀ ਹੈਗੀ ਹੈ ਕਿਉਂਕਿ ਇਹ ਇੱਕ ਐਕਟ ਦੇ ਤਹਿਤ ਬਣਾਇਆ ਗਿਆ 1 ਅਪ੍ਰੈਲ 1995 ਨੂੰ ਬਣੀ ਸੀਗੀ 에어ਪੋਰਟ ਅਥਾਰਟੀ ਆਫ ਇੰਡੀਆ ਇੰਡੀਆ ਦੇ ਵਿੱਚ ਬੇਸਿਕਲੀ ਜਿਹੜੇ 에어ਪੋਰਟਸ ਨੇ ਉਹਨਾਂ ਨੂੰ ਮੈਨੇਜ ਕਰਨਾ ਉਹਨਾਂ ਨੂੰ ਕ੍ਰੀਏਟ ਕਰਨਾ ਅਪਗ੍ਰੇਡ ਕਰਨਾ ਮੇਨਟੇਨ ਕਰਨਾ ਠੀਕ ਹੈ ਮੈਨੇਜ ਕਰਨਾ ਇਹ ਸਾਰਾ ਕੁਝ ਕੰਮ ਹੈਗਾ 에어ਪੋਰਟ ਅਥਾਰਟੀ ਆਫ ਇੰਡੀਆ ਦਾ 에어ਪੋਰਟ ਅਥਾਰਟੀ ਆਫ ਇੰਡੀਆ ਦਾ ਸਿਵਲ ਐਵੀਏਸ਼ਨ ਡਿਪਾਰਟਮੈਂਟ ਦੇ ਅੰਦਰ ਬੋਡੀ ਵਰਕ ਕਰਦੀ ਹੈਗੀ ਹੈ 댓 ਇਜ਼ ਰਿਗਾਰਡਿੰਗ ਦਾ 에어ਪੋਰਟ ਐਂਡ ਇੱਕ ਨਿਊਜ਼ ਆਪਾਂ ਪਹਿਲਾਂ ਵੀ ਪੜ੍ਹੀ ਸੀ ਇਸ ਦੇ ਬਾਰੇ ਅਗਰ ਤੁਹਾਨੂੰ ਧਿਆਨ ਹੋਵੇ 에어ਪੋਰਟ ਅਥਾਰਟੀ ਆਫ ਇੰਡੀਆ ਵਿਦ ਦਾ ਯੂਪੀ ਗਵਰਨਮੈਂਟ ਸ਼੍ਰੀ ਰਾਮ ਚੰਦਰ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਇੰਟਰਨੈਸ਼ਨਲ 에어ਪੋਰਟ ਇਸ ਦੇ ਬਾਰੇ ਆਪਾਂ ਪੜਿਆ ਸੀਗਾ ਪ੍ਰੀਵਿਅਸ ਕਲਾਸ ਦੇ ਵਿੱਚ ਤਾਂ 에어ਪੋਰਟ ਅਥਾਰਟੀ ਆਫ ਇੰਡੀਆ ਅਗਰ ਮੈਂ ਇਸ ਦੇ ਚੇਅਰਪਰਸਨ

ਇਹ ਮਾਈਂਡ ਦੀ ਮੈਂਟੈਲਿਟੀ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਕੋਈ ਗਲਤ ਕੰਮ ਹੋ ਰਿਹਾ ਨਾ ਠੀਕ ਹੈ ਤੁਸੀਂ ਬੇਸਿਕਲੀ ਇੱਕ ਕਾਲਜ ਦੇ ਵਿੱਚ ਜਾਂਦੇ ਹੋ ਇੱਕ ਸਕੂਲ ਦੇ ਵਿੱਚ ਜਾਂਦੇ ਹੋ ਤੁਹਾਡੇ ਆਸ-ਪਾਸ ਦੀ ਸੰਗਤੀ ਇਦਾਂ ਦੀ ਹੈਗੀ ਹੈ ਕਿ ਉਹ ਸਾਰਾ ਦਿਨ ਬੇਸਿਕਲੀ ਨਸ਼ੇ ਕਰਦੇ ਨੇ ਬਹੁਤ ਚੀਜ਼ਾਂ ਪ੍ਰਮੋਟ ਕਰਦੇ ਨੇ ਬਹੁਤ ਚੀਜ਼ਾਂ ਹੁੰਦੀਆਂ ਨੇ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਉਸ ਚੀਜ਼ ਨੂੰ ਲੈ ਕੇ ਵਿਗੜਨਾ ਹੈ ਕਿ ਨਹੀਂ ਵਿਗੜਨਾ ਕੋਈ ਬੇਸਿਕਲੀ ਮਾਹੌਲ ਜਿਹੜਾ ਹੈਗਾ ਬੰਦੇ ਨੂੰ ਉਦੋਂ ਤੱਕ ਖਰਾਬ ਨਹੀਂ ਕਰ ਸਕਦਾ ਜਦੋਂ ਤੱਕ ਬੰਦੇ ਦੀ ਖੁਦ ਦੀ ਇੱਛਾ ਨਹੀਂ ਆਂਦੀ ਇਸ ਚੀਜ਼ ਨੂੰ ਹਮੇਸ਼ਾ ਲੈ ਕੇ ਰੱਖਿਓ ਠੀਕ ਹੈ ਇਸ चीज ਨੂੰ ਹਮੇਸ਼ਾ ਲੈ ਕੇ ਰੱਖਿਓ ਬੇਸਿਕਲੀ ਇੱਕ ਲਾਇਬ੍ਰੇਰੀ ਹੁੰਦੀ ਆ ਲਾਇਬ੍ਰੇਰੀ ਦੇ ਵਿੱਚ ਤਾਂ ਹੁਣ ਕਿਤਾਬਾਂ ਹੀ ਕਿਤਾਬਾਂ ਹੁੰਦੀਆਂ ਨੇ ਲਾਇਬ੍ਰੇਰੀ ਦੇ ਵਿੱਚ ਤਾਂ ਬੁੱਕਸ ਹੀ ਬੁੱਕਸ ਹੁੰਦੀਆਂ ਨੇ ਠੀਕ ਹੈ ਐਂਡ ਪੜਨ ਵਾਲੇ ਲੋਕ ਵੀ ਹੁੰਦੇ ਨੇ ਬਟ ਸਾਰੇ ਜਣੇ ਤਾਂ ਉੱਥੇ ਜਾ ਕੇ ਨਹੀਂ ਪੜਦੇ ਨਾ ਸਾਰੇ ਬੱਚੇ ਤਾਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਨਹੀਂ ਪੜਦੇ ਕੁਝ ਬੱਚੇ ਤਾਂ ਬੈਠ ਕੇ ਸਿਰਫ ਕਿਤਾਬ ਖੋਲ ਕੇ ਟਾਈਮ ਪਾਸ ਕਰਕੇ ਆ ਜਾਂਦੇ ਨੇ ਸਾਰੇ ਬੱਚੇ ਤਾਂ ਨਹੀਂ ਪੜਦੇ ਨਾ ਉਹ ਲਾਇਬ੍ਰੇਰੀ ਦਾ ਇਦਾਂ ਦਾ ਪਲੇਸ ਹੈਗਾ ਜਿਹਦਾ ਇਫੈਕਟ ਤਾਂ ਫਿਰ ਸਾਰਿਆਂ ਤੇ ਹੋਣਾ ਚਾਹੀਦਾ ਇਟ ਇਜ਼ ਦਾ ਮੈਂਟੈਲਿਟੀ ਆਫ ਦਾ ਮਾਈਂਡ ਤਾਂ ਸੌਂਗ ਜਿਹੜੇ ਨੇ ਉਦੋਂ ਤੱਕ ਤੁਹਾਨੂੰ ਕਾ ਤਕ ਨਹੀਂ ਕਰ ਸਕਦੇ ਉਦੋਂ ਤੱਕ ਤੁਹਾਨੂੰ ਇਫੈਕਟ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਅੰਦਰੋਂ ਖੁਦ ਦੀ ਇੱਛਾ ਉਸ ਚੀਜ਼ ਨੂੰ ਕਰਨ ਦੀ ਪ੍ਰਗਟ ਨਹੀਂ ਹੁੰਦੀ ਚਾਰ ਬੱਚੇ ਲਾਇਬ੍ਰੇਰੀ ਜਾਂਦੇ ਨੇ ਚਾਰਾਂ ਦੇ ਵਿੱਚੋਂ ਤਿੰਨ ਪੜ੍ਹਦੇ ਨੇ ਇੱਕ ਨਹੀਂ ਪੜ੍ਹਦਾ ਇੱਕ ਨਹੀਂ ਪੜ੍ਹਦਾ ਉਹਨੇ ਨਹੀਂ ਪੜ੍ਹਣਾ ਜਦੋਂ ਤੱਕ ਉਹਦੇ ਅੰਦਰੋਂ ਇੱਛਾ ਹੀ ਨਹੀਂ ਹੁੰਦੀ ਮੈਨੂੰ ਪੜਨ ਦੀ ਹਾਂ ਉਹ ਤਿੰਨੋਂ ਜਿਹੜੇ ਨੇ ਉਹਦੇ 'ਚ ਪ੍ਰਭਾਵ ਜ਼ਰੂਰ ਪਣ ਗਿਆ ਕਿ ਨਹੀਂ ਮਤਲਬ ਉਹਦੇ ਅੰਦਰ ਇੱਛਾ ਜ਼ਰੂਰ ਜਾਗੇ ਕਿ ਯਾਰ ਤਿੰਨ ਪੜ੍ਹਦੇ ਰਹਿੰਦੇ ਮੈਂ ਵੀ ਪੜਾਂ ਬਟ ਜਦੋਂ ਤੱਕ ਉਹ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਉੱਤੇ ਕੋਈ ਪਲਾਨ ਨਹੀਂ ਕਰੇਗਾ ਸਿਰਫ ਸੋਚਦਾ ਰਹੇਗਾ ਤਦ ਤੱਕ ਕੋਈ ਕੰਮ ਨਹੀਂ ਹੈ ਠੀਕ ਹੈ ਤਾਂ ਉਹ ਪ੍ਰਭਾਵ ਜਿਹੜਾ ਹੈਗਾ ਉਹ ਪੈਂਦਾ ਬਟ ਉਹ ਬੰਦੇ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨੇ ਉਸ ਚੀਜ਼ ਨੂੰ ਇੰਪਲੀਮੈਂਟ ਦੇ ਵਿੱਚ ਲੈ ਕੇ ਆਣਾ ਹੈ ਕਿ ਨਹੀਂ ਲੈ ਕੇ ਆਣਾ ਆਪਣੇ ਉੱਪਰ ਅਬਜ਼ਰਵ ਹੋਣ ਦੇਣਾ ਹੈ ਕਿ ਨਹੀਂ ਹੋਣ ਦੇਣਾ ਠੀਕ ਹੈ ਥੈਟ ਇਜ਼ ਅਰुण कुमार द ਡਾਇਰੈਕਟਰ ਜਨਰਲ ਆਫ ਸਿਵਲ ਰਿਲੀਫ ਅਰुण कुमार ਕਲੀਅਰ ਕੋਈ ਡਾਊਟ

ਜਿਸ ਦੇ ਵਿੱਚ ਲੋਕ ਪਲਾਂਟ ਦੀ ਪੂਜਾ ਕਰਦੇ ਹੈਗੇ ਇਟ ਇਜ਼ ਅ ਟ్రਾਈਬਲ ਫੈਸਟੀਵਲ ਜਿਹੜਾ ਕਿ ਢੂ ਹਿੰਦੂ ਕੈਲੰਡਰ ਦੇ ਨਾਲ ਅਪ੍ਰੈਲ ਦੇ ਮਹੀਨੇ ਚ ਸ਼ੁਰੂ ਹੁੰਦਾ ਅਪ੍ਰੈਲ ਦੇ ਮਹੀਨੇ ਚ ਸ਼ੁਰੂ ਹੁੰਦਾ ਤੇ ਜੂਨ ਤੱਕ ਇਹ ਫੈਸਟੀਵਲ ਚੱਲਦਾ ਹੈਗਾ ਜੂਨ ਤੱਕ ਇਹ ਫੈਸਟੀਵਲ ਚੱਲਦਾ ਜਿਸ ਦੇ ਵਿੱਚ ਇੱਥੇ ਦੇ ਜਿਹੜੇ ਲੋਕ ਨੇ ਇਹ ਟ్రਾਈਬਲ ਕਮਿਊਨਿਟੀਜ਼ ਨੇ ਇਹ ਕੀ ਕਰਦੇ ਨੇ ਇਹ ਕੁਝ ਬੇਸਿਕਲੀ ਪਲਾਂਟਸ ਦੀ ਪੂਜਾ ਕਰਦੇ ਨੇ ਉਹਨਾਂ ਨੂੰ ਪੂਜਦੇ ਨੇ ਠੀਕ ਹੈ ਉਹਨਾਂ ਦੇ ਹੱਗੇ ਹੱਥ ਜੋੜਦੇ ਨੇ ਆਪਣੀ ਦੁਆ ਮੰਗਦੇ ਨੇ ਐਂਡ ਟ్రਾਈਬਲ ਫੈਸਟੀਵਲ ਹੈਗਾ ਟ్రਾਈਬਲ ਫੈਸਟੀਵਲ ਹੈਗਾ ਤਾਂ ਬੇਸਿਕਲੀ ਚਾਰਖੰਡ ਦੇ ਵਿੱਚ ਮੁੰਡਾ ਤੇ ਹੋਰ ਟ੍ਰਾਈਬਸ ਜਿਹੜੀਆਂ ਹੈਗੀਆਂ ਨੇ ਇਹ ਤਿੰਨ ਤਰ੍ਹਾਂ ਦੀਆਂ ਟ੍ਰਾਈਬਸ ਜਿਹੜੀਆਂ ਹੈਗੀਆਂ ਨੇ ਇਸ ਫੈਸਟੀਵਲ ਨੂੰ ਆਰਗੇਨਾਈਜ਼ ਕਰਦੀਆਂ ਨੇ ਇਸ ਫੈਸਟੀਵਲ ਨੂੰ ਮਨਾਉਂਦੀਆਂ ਨੇ ਠੀਕ ਹੈ ਬੇਸਿਕਲੀ ਸਰਹੂਲ ਦਾ ਮਤਲਬ ਹੀ ਇਹ ਹੁੰਦਾ ਹੈਗਾ ਸਰਹੂਲ ਦਾ ਮਤਲਬ ਹੁੰਦਾ ਹੈਗਾ ਦੈਟ ਇਜ਼ ਅ ਵਰਸ਼ਿਪ ਆਫ ਟਰੀਜ਼ ਐਂਡ ਇਟ ਸਿਗਨੀਫਾਈਜ਼ ਦਾ ਐਡਵੈਂਟ ਆਫ ਦਾ ਸਪ੍ਰਿੰਗ ਸੀਜ਼ਨ ਆਫ ਫਾਗੂਨ ਫਾਗਨ ਦਾ ਮਹੀਨਾ ਜਿਹੜਾ ਬੇਸਿਕਲੀ ਆਂਦਾ ਹੈਗਾ ਉਸ ਦੇ ਚੱਲਦੇ ਹੋਏ ਸਰਹੂਨ ਦਾ ਮਤਲਬ ਹੁੰਦਾ ਹੈ ਤੇ ਵਰਸ਼ਿਪ ਆਫ ਟਰੀਜ਼ ਵਰਸ਼ਿਪ ਆਫ ਟਰੀਜ਼ ਤਾਂ ਇਸ ਟਰੀਜ਼ ਦੀ ਪਲਾਂਟ ਦੀ ਪੂਜਾ ਕਰਦੇ ਨੇ ਸਰੂਲ ਫੈਸਟੀਵਲ ਦੇਖੋ ਆਰਟ ਐਂਡ ਕਲਚਰ ਦੇ ਵਿੱਚ ਸਾਡੇ ਜਿਹੜੇ ਫੈਸਟੀਵਲਸ ਨੇ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਸਾਡੇ ਪੇਪਰ ਦੇ ਵਿੱਚ ਕੁਐਸਚਨਸ ਆਉਂਦੇ ਨੇ ਇਨ੍ਹਾਂ ਫੈਸਟੀਵਲਸ ਨੂੰ ਲੈ ਕੇ ਕਿ ਇਹ ਫੈਸਟੀਵਲ ਫਲਾਨੀ ਸਟੇਟ ਦਾ ਹੈ ਫੈਸਟੀਵਲ ਕਿਹੜੀ ਸਟੇਟ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਅਗਰ ਆਪਾਂ ਹੋਰ ਲੈਵਲ ਤੇ ਵਧੀਏ ਤਾਂ ਫਲਾਨਾ ਫੈਸਟੀਵਲ ਕਿਹੜੀ ਕਮਿਊਨਿਟੀ ਦੇ ਦੁਆਰਾ ਕਿਹੜੀ ਟ੍ਰਾਈਬ ਦੇ ਦੁਆਰਾ ਆਰਗੇਨਾਈਜ਼ ਕੀਤਾ ਜਾਂਦਾ ਹੈਗਾ ਤਤਤੰਤਰ ਦੀਆਂ ਟ੍ਰਾਈਬਸ ਇੱਥੇ ਤੁਹਾਨੂੰ ਦੱਸੀਆਂ ਗਈਆਂ ਨੇ ਇੱਕ ਅਗਰ ਆਪਾਂ ਹੋਰ ਅੱਗੇ ਵਧੀਏ ਤਾਪਾ ਗੱਲ ਕਰਾਂਗੇ ਕਿ ਲੜੀਆਂ ਟ੍ਰਾਈਬਸ ਨੇ ਕਿਹੜੀ ਸਟੇਟ ਦੇ ਵਿੱਚ ਰਹੰਦੀਆਂ ਨੇ ਇਦਾਂ ਦਾ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਚਾਰਖੰਡ ਦੇ ਵਿੱਚ ਆਰਾਉਂਡ ਟ੍ਰਾਈਬਸ ਰਹੰਦੀਆਂ ਮੁੰਡਾ ਟ੍ਰਾਈਬਸ ਹੈ ਹੋ ਟ੍ਰਾਈਬਸ ਹੈ ਕਲੀਅਰ ਇਥੇ ਟ੍ਰਾਈਬਸ ਪਾਈਆਂ ਜਾਂਦੀਆਂ ਨੇ ਕਲੀਅਰ ਜੀ ਚਲੋ ਸਰਹੂਲ ਫੈਸਟੀਵਲ ਤੋਂ ਅੱਗੇ ਚੱਲਦੇ ਆਂ ਵੈਰੀ ਵੈਰੀ ਇੰਪੋਰਟੈਂਟ ਦਾ ਟਰਮ ਆਫ ਸੈਂਟ ਦਾ ਟਰਮ ਆਫ ਸੈਂਟ ਬੀਕਮਸ ਅ ਫਰਸਟ ਹਿੰਦੀ ਨੋਵਲ ਟੂ ਗੈਟ ਸ਼ੋਰਟਲਿਸਟਿਡ ਫੋਰ ਦਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼

ਬੇਸਿਕਲੀ ਸ਼ਾਰਟਲਿਸਟ ਕੀਤਾ ਗਿਆ ਹੈ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਵਾਸਤੇ ਤਾਂ ਆਪਾਂ ਚੱਲਦੇ ਹਾਂ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਕੀ ਹੈਗਾ ਠੀਕ ਹੈ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਇਨ ਦਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਇਸ ਦਾ ਪ੍ਰਾਈਜ਼ ਬੇਸਿਕਲੀ ਵਿਚ ਵਾਸ ਗਿਵਨ ਬਾਈ ਇਨੀਸ਼ੀਅਲੀ ਗਿਵਨ ਬਾਈ ਦਾ ਮੈਨ ਗਰੁੱਪ ਠੀਕ ਹੈ ਮੈਨ ਗਰੁੱਪ ਜਿਹੜਾ ਕਿ 2019 ਤੱਕ ਇਸ ਕਿਤਾਬ ਦਾ ਸਪான்ਸਰ ਸੀਗਾ ਐਂਡ ਇਹ ਕਿਤਾਬ ਬੇਸਿਕਲੀ ਅਵਾਰਡ ਕਿਨੂੰ ਮਿਲਦਾ ਹੈਗਾ ਦੇਖੋ ਇਹ ਅਵਾਰਡ ਜਿਹੜਾ ਹੈਗਾ ਹਰ ਸਾਲ ਕਿ ਕਿਸੇ ਇੱਕ ਕਿਤਾਬ ਨੂੰ ਅਵਾਰਡ ਦਿੱਤਾ ਜਾਂਦਾ ਹੈ ਉਹ ਕਿਤਾਬ ਜਿਹੜੀ ਪਹਿਲਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖੀ ਗਈ ਹੋਵੇ ਬਟ ਉਸ ਦਾ ਟਰਾਂਸਲੇਸ਼ਨ ਇੰਗਲਿਸ਼ ਦੇ ਵਿੱਚ ਕਰਕੇ ਉਹਨੂੰ ਯੂਕੇ ਦੇ ਵਿੱਚ ਜਾਂ ਆਇਰਲੈਂਡ ਦੇ ਵਿੱਚ ਪਬਲਿਸ਼ ਕੀਤਾ ਹੋਵੇ ਠੀਕ ਹੈ ਕੋਈ ਕਿਤਾਬ ਜਿਹੜੀ ਕਿ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਕਿਸੇ ਵੀ ਲੈਂਗੁਏਜ ਵਿੱਚ ਲਿਖੀ ਗਈ ਹੈ ਇਸ ਨੂੰ ਟਰਾਂਸਲੇਟ ਕਰਕੇ ਇਸ ਨੂੰ ਟਰਾਂਸਲੇਟ ਕਰਕੇ ਇਸ ਨੂੰ ਟਰਾਂਸਲੇਟ ਕੀਤਾ ਟਰਾਂਸਲੇਟ ਕਿਹੜੀ ਭਾਸ਼ਾ ਚ ਕੀਤਾ ਇੰਗਲਿਸ਼ ਚ ਕੀਤਾ ਐਂਡ ਉਹ ਕਿਤਾਬ ਯੂਕੇ ਜਾਂ ਆਇਰਲੈਂਡ ਚ ਪਬਲਿਸ਼ ਹੋਈ ਹੋਵੇ ਯੂਕੇ ਜਾਂ ਆਇਰਲੈਂਡ ਦੇ ਵਿੱਚ ਪਬਲਿਸ਼ ਕੀਤੀ ਗਈ ਹੋਵੇ ਉਸ ਕਿਤਾਬ ਨੂੰ ਇਹ ਅਵਾਰਡ ਹਰ ਸਾਲ ਦਿੱਤਾ ਜਾਂਦਾ ਹੈਗਾ ਹਰ ਸਾਲ ਇਹ ਅਵਾਰਡ ਦਿੱਤਾ ਜਾਂਦਾ ਹੈਗਾ ਤਾਂ ਮੈਨ ਬੁਕਰ ਪ੍ਰਾਈਜ਼ ਜਿਹੜਾ ਹੈਗਾ ਇੰਟਰਨੈਸ਼ਨਲ ਮੈਨ ਬੁਕਰ ਪ੍ਰਾਈਜ਼ ਮੈਨ ਬੁਕਰ ਪ੍ਰਾਈਜ਼ ਦੇਖੋ ਇੱਕ ਚੀਜ਼ ਇੱਥੇ ਹੋਰ ਥੋੜੀ ਜਿਹੀ ਕਲੀਅਰ ਕਰਦੇ ਆ ਦੋ ਅਵਾਰਡ ਨੇ ਡਿਫਰੈਂਟ ਡਿਫਰੈਂਟ ਇੱਕ ਹੈਗਾ ਬੁਕਰ ਪ੍ਰਾਈਜ਼ ਇੱਕ ਹੈਗਾ ਬੁਕਰ ਪ੍ਰਾਈਜ਼ ਇੱਕ ਹੈਗਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਦ ਬੋਥ ਆਰ ਦਾ ਡਿਫਰੈਂਟ ਅਵਾਰਡ ਠੀਕ ਹੈ ਆਪਾਂ ਜਿਹਦੀ ਹੁਣੇ ਗੱਲ ਕਰ ਰਹੇ ਹਾਂ ਦੈਟ ਇਜ਼ ਦਾ ਇੰਟਰਨੈਸ਼ਨਲ ਬੁਕਰ ਪ੍ਰਾਈਸ ਬੁਕਰ ਪ੍ਰਾਈਸ ਤੇ ਵੀ ਮੈਂ ਆਉਂਗਾ ਉਹ ਵੀ ਦੱਸੂਗਾ ਕੀ ਚੀਜ਼ ਹੈ ਮੈਂ ਇਨੀਸ਼ੀਅਲੀ ਦੱਸ ਦਿੰਦਾ ਠੀਕ ਹੈ ਦੇਖੋ ਬੁਕਰ ਪ੍ਰਾਈਸ ਹੁੰਦਾ ਬੁਕਰ ਪ੍ਰਾਈਸ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਬੇਸਿਕਲੀ ਕੋਈ ਕਿਤਾਬ ਲਿਖੀ ਗਈ ਹੋਵੇ ਇੰਗਲਿਸ਼ ਲੈਂਗੁਏਜ ਦੇ ਵਿੱਚ ਲਿਖੀ ਗਈ ਹੋਵੇ ਐਂਡ ਉਸ ਕਿਤਾਬ ਨੂੰ origignally ਇੰਗਲਿਸ਼ ਦੇ ਵਿੱਚ ਲਿਖੀ ਗਈ ਹੋਵੇ ਐਂਡ ਉਸ ਕਿਤਾਬ ਨੂੰ ਯੂਕੇ ਜਾਂ ਆਇਰਲੈਂਡ ਦੇ ਵਿੱਚ ਪਬਲਿਸ਼ ਕੀਤਾ ਹੋਵੇ ਠੀਕ ਹੈ ਇੱਕ ਕਿਤਾਬ ਜਿਹੜੀ ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਲਿਖੀ ਗਈ ਹੈ ਯੂਕੇ ਜਾਂ ਆਇਰਲੈਂਡ ਦੇ ਵਿੱਚ ਉਹਨੂੰ ਪਬਲਿਸ਼ ਕੀਤਾ ਗਿਆ ਹੈਗਾ ਉਸ ਕਿਤਾਬ ਨੂੰ ਮਿਲਦਾ ਹੈਗਾ ਹਰ ਸਾਲ ਇੱਕ ਕਿਤਾਬ ਨੂੰ ਮਿਲਦਾ ਹੈਗਾ ਬੁਕਰ ਪ੍ਰਾਈਸ ਇੱਕ ਅਵਾਰਡ ਇੱਕ ਕਿਤਾਬ ਚੂਜ਼ ਕੀਤੀ ਜਾਂਦੀ ਹੈ ਬਾਇਰ ਜੁਡੀਸ਼ਰੀ ਕਮੇਟੀ ਇੱਕ ਕਮੇਟੀ ਬਣਾਈ ਜਾਂਦੀ ਹੈ ਮੈਂਬਰ ਜੱਜਿਸ ਸਲੈਕਟ ਕੀਤੇ ਜਾਂਦੇ ਨੇ ਉਹ ਇੱਕ ਕਿਤਾਬ ਚੂਜ਼ ਕਰਦੇ ਆਂਡ ਕੁਝ ਕਿਤਾਬਾਂ ਨੂੰ ਸ਼ਾਰਟਲਿਸਟ ਕਰਦੇ ਆਂ ਕੁਝ ਕਿਤਾਬਾਂ ਨੂੰ ਸ਼ਾਰਟਲਿਸਟ ਕਰਦੇ ਆਂਡ ਸ਼ਾਰਟਲਿਸਟ ਕੀਤੀਆਂ ਕਿਤਾਬਾਂ 'ਚੋਂ ਕਿਸੇ ਇੱਕ ਨੂੰ ਅਵਾਰਡ ਦਿੱਤਾ ਜਾਂਦਾ ਕਿਸੇ ਨੂੰ ਇੱਕ ਨੂੰ ਅਵਾਰਡ ਦਿੱਤਾ ਜਾਂਦਾ ਹੈਗਾ ਬਟ ਇੱਥੇ ਸ਼ਾਰਟਲਿਸਟ ਹੋਣਾ ਹੀ ਆਪਣੇ ਆਪ ਚ ਵੱਡੀ ਗੱਲ ਹੁੰਦੀ ਆ ਠੀਕ ਹੈ ਉਸੇ ਤਰ੍ਹਾਂ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਹੈ ਔਰ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਕੀ ਕਹਿੰਦਾ ਕਿ ਕੋਈ ਕਿਤਾਬ ਪਹਿਲਾਂ ਕਿਸੇ ਹੋਰ ਭਾਸ਼ਾ ਚ ਲਿਖੀ ਗਈ ਹੋਵੇ ਕਿਸੇ ਵੀ ਦੇਸ਼ ਦੀ ਕਿਸੇ ਵੀ ਭਾਸ਼ਾ ਚ ਲਿਖੀ ਗਈ ਹੋਵੇ ਬਟ ਬਾਤ ਉਸ ਕਿਤਾਬ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਹੋਵੇ ਠੀਕ ਹੈ ਟ੍ਰਾਂਸਲੇਟ ਕੀਤਾ ਹੋਵੇ ਇੰਗਲਿਸ਼ ਐਂਡ ਉਹ ਜਿਹੜਾ ਟ੍ਰਾਂਸਲੇਟਿਡ ਵਰਜ਼ਨ ਹੈਗਾ ਉਹ ਇੱਥੇ ਯੂਕੇ ਦੇ ਵਿੱਚ ਜਾਂ ਆਇਰਲੈਂਡ ਦੇ ਵਿੱਚ ਪਬਲਿਸ਼ ਕੀਤਾ ਹੋਵੇ ਉਹ ਕਿਤਾਬ ਅੱਪਾ ਦੇਖ ਸਕਦਾ ਹੈ ਕਿ ਅਗਰ ਉਹਨਾਂ ਕਿਤਾਬਾਂ ਦੇ ਵਿੱਚੋਂ ਕੋਈ ਕਿਤਾਬ ਇਦਾਂ ਦੀ ਮਹਾਨ ਨਿਕਲ ਕੇ ਆਂਦੀ ਹੈ ਜਿਹੜੀ ਕਿ ਬਹੁਤ ਵਧੀਆ ਹੈਗੀ ਆ ਉਹਨੂੰ ਇੱਥੇ ਸ਼ਾਰਟਲਿਸਟ ਕੀਤਾ ਜਾਂਦਾ ਐ ਐਂਡ ਸ਼ਾਰਟਲਿਸਟ ਕੀਤੀਆਂ ਕਿਤਾਬਾਂ ਦੇ ਵਿੱਚੋਂ ਅਵਾਰਡ ਦਿੱਤਾ ਜਾਂਦਾ। ਕਲੀਅਰ? ਜੇ ਅੱਪਾ ਗੱਲ ਕਰ ਰਹੇ ਸੀਗੇ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਦੀ ਤਾਂ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਜਿਹੜਾ ਸੀਗਾ ਇਹ 2005 ਦੇ ਵਿੱਚ ਸਟਾਰਟ ਹੋਇਆ ਸੀਗਾ। ਬਾਈ ਇਸ ਦਾ ਜਿਹੜਾ ਪਹਿਲਾ ਨਾਮ ਹੁੰਦਾ ਸੀਗਾ ਉਹ ਹੁੰਦਾ ਸੀਗਾ ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼ ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼ ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼ ਇਹਨੂੰ ਕਿਉਂ ਕਹਿੰਦੇ ਸੀਗੇ ਕਿਉਂਕਿ 2019 ਤੱਕ ਇੱਕ ਕੰਪਨੀ ਸੀਗੀ ਮੈਨ ਗਰੁੱਪ ਮੈਨ ਗਰੁੱਪ ਉਹ ਇਸ ਦਾ ਸਪான்ਸਰ ਸੀਗਾ ਉਹ ਇਸ ਦਾ ਸਪான்ਸਰ ਸੀਗਾ ਇਸ ਅਵਾਰਡ ਦਾ 2019 ਤੱਕ ਐਂਡ 2019 ਤੋਂ ਬਾਅਦ ਇਹ ਜਿਹੜਾ ਅਵਾਰਡ ਸੀਗਾ ਇਸ ਦਾ ਸਪான்ਸਰ ਬਣ ਗਿਆ ਇੱਕ ਦੂਸਰੀ ਕੰਪਨੀ ਕ੍ਰੈਂਕ ਸਟਾਰਟ ਕ੍ਰੈਂਕ ਸਟਾਰਟ ਤਾਂ ਕ੍ਰੈਂਕ ਸਟਾਰਟ ਨੇ ਕੀ ਕੀਤਾ ਮੈਨ ਗਰੁੱਪ ਦਾ ਨਾਮ ਹਟਾਤਾ ਤਾਂ ਮੈਨ ਬੁਕਰ ਪ੍ਰਾਈਜ਼ ਤੋਂ ਬਣ ਗਿਆ मैन बुकर इंटरनेशनल प्राइस तो बन गया इंटरनेशनल बुकर प्राइस इंटरनेशनल बुकर प्राइस क्लियर इंटरनेशनल बुकर प्राइस पहला ये जेड़ा अवार्ड हुंदा सीगा ये बाय एनुअल हुंदा सीगा मतलब दो साल च एक बारी दिता जांदा सीगा बट फिर इस किताब नु रादर देन बेसिकली एक साल दा कर दिता गया एनुअली एस अवार्ड नु कर दिता गया हुन हर साल ये अवार्ड दिता जांदा हैगा ठीक है ਹੋਨਸ ਅਵਾਰਡ ਦੀ ਅਗਰ ਆਪਾਂ ਅੱਗੇ ਗੱਲ ਕਰੀਏ ਤਾਂ ਬੇਸਿਕਲੀ ਇਹ ਅਵਾਰਡ ਜਿਹੜਾ ਹੈਗਾ ਜਿਹੜੇ ਰੀਡਰਸ ਹੁੰਦੇ ਨੇ ਬੇਸਿਕਲੀ ਜਿਹੜੇ ਕਿਤਾਬ ਲਿਖਦੇ ਨੇ ਉਹਨਾਂ ਨੂੰ ਬੇਸਿਕਲੀ ਤੇ ਐਨਕਰੇਜ ਕਰਨ ਵਾਸਤੇ ਹੁੰਦਾ ਹੈ ਕਿ ਤੁਸੀਂ ਹੋਰ ਜ਼ਿਆਦਾ ਲਿਖੋ ਠੀਕ ਹੈ ਐਂਡ ਜਿਹੜਾ ਇੱਥੇ ਅਵਾਰਡ ਦੇ ਵਿੱਚ ਪ੍ਰਾਈਜ਼ ਮਿਲਦਾ ਪ੍ਰਾਈਜ਼ ਮਿਲਦਾ ਤਾਂ ਦੇਖੋ ਇੱਕ ਕਿਤਾਬ ਲਿਖੀ ਗਈ ਕਿਸੇ ਇੱਕ ਰਾਈਟਰ ਨੇ ਲਿਖੀ ਕਿਸੇ ਇੱਕ ਰਾਈਟਰ ਨੇ ਉਸ ਕਿਤਾਬ ਨੂੰ ਲਿਖਿਆ ਹੁਣ ਲਿਖਿਆ ਉਸ ਕਿਤਾਬ ਨੂੰ ਟ੍ਰਾਂਸਲੇਟ ਕੀਤਾ ਕਿਸੇ ਦੂਸਰੇ ਬੰਦੇ ਨੇ ਟ੍ਰਾਂਸਲੇਟ ਕੀਤਾ ਕਿਸੇ ਦੂਸਰੇ ਬੰਦੇ ਨੇ ਠੀਕ ਹੈ ਟ੍ਰਾਂਸਲੇਟ ਕੀਤਾ ਕਿਸੇ ਦੂਸਰੇ ਬੰਦੇ ਨੇ ਠੀਕ ਹੈ ਹੁਣ ਟਰਾਂਸਲੇਟ ਕਰਨ ਵਾਲੇ ਦਾ ਵੀ ਤਾਂ ਯੋਗਦਾਨ ਹੈਗਾ ਕਿਉਂਕਿ ਉਹਨੇ ਟਰਾਂਸਲੇਟ ਕੀਤਾ ਤਾਂ ਇਸ ਅਵਾਰਡ ਦੇ ਵਿੱਚ ਕੀ ਹੈਗਾ 50000 ਪੌਂਡ ਦਾ ਪ੍ਰਾਈਜ਼ ਮਿਲਦਾ ਹੈਗਾ 50000 ਪੌਂਡ ਪ੍ਰਾਈਜ਼ ਮ ਨਹੀਂ ਮਿਲਦੀ ਹੈ ਬਟ 50000 ਪੌਂਡ ਰਾਈਟਰ ਤੇ ਟਰਾਂਸਲੇਟਰ ਦੇ ਵਿੱਚ ਇਕੁਅਲੀ ਡਿਸਟ੍ਰਿਬਿਊਟ ਹੁੰਦੇ ਨੇ ਰਾਈਟਰ ਤੇ ਟਰਾਂਸਲੇਟਰ ਇਹਨਾਂ ਦੋਨਾਂ ਦੇ ਵਿੱਚ ਇਕੁਅਲੀ ਡਿਸਟ੍ਰਿਬਿਊਟ ਹੁੰਦੇ ਨੇ ਠੀਕ ਹੈ ਮਤਲਬ 25000 ਪੌਂਡ ਇਹਦਾ 25000 ਪੌਂਡ ਇਹਦਾ 25000 ਪੌਂਡ ਦਾ 25000 ਪੌਂਡ ਦਾ ਬਟ ਇਹ ਨਹੀਂ ਰਹੀ ਇਸ ਕਿਤਾਬ ਵਾਸਤੇ ਅਵਾਰਡ ਤਾਂ ਹਰ ਸਾਲ ਇੱਕ ਹੀ ਮਿਲਦਾ ਅਵਾਰਡ ਤਾਂ ਇੰਟਰਨੈਸ਼ਨਲ ਬੈਂ ਬੁਕਰ ਪ੍ਰਾਈਜ਼ ਸੌਰੀ ਫਿਰ ਮੈਂ ਬੁਕਰ ਬੋਲ ਰਿਹਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਦਾ ਹਰ ਸਾਲ ਇੱਕ ਹੀ ਦਿੱਤਾ ਜਾਂਦਾ ਬਟ ਸ਼ਾਰਟਲਿਸਟ ਕਈ ਹੁੰਦੇ ਨੇ ਸ਼ਾਰਟਲਿਸਟ ਹੁੰਦੇ ਨੇ 5 ਤੋਂ 6 ਸ਼ਾਰਟਲਿਸਟਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ 25000 ਪੌਂਡ ਦਾ ਪ੍ਰਾਈਜ਼ ਮਿਲਦਾ ਹੈਗਾ ਉਹ ਇਕੁਅਲੀ ਡਿਵਾਈਡ ਕਰਨਗੇ ਥੈਟ ਇਜ਼ ਟ੍ਰਾਂਸਲੇਟਰ ਤੇ ਉਹਦੇ ਵਿੱਚ ਬੇਸਿਕਲੀ ਰਾਈਟਰ ਦੇ ਵਿੱਚ ਤਾਂ 12500 12 ਅ ਸੋ ਮੈਂ ਕਹਿ ਸਕਦਾ ਤੇ ਸੌਰੀ 2500 ਠੀਕ ਹੈ 2500 ਨਾ 2500 ਤਾਂ 2500 ਨੂੰ ਬੇਸਿਕਲੀ ਇਹ ਇਕੁਅਲੀ ਇੱਥੇ ਡਿਸਟ੍ਰਿਬਿਊਟ ਕਰ ਲੈਣਗੇ ਹੁਣ ਅਗਰ ਪਹਤੇ ਗੱਲ ਕਰੀਏ ਠੀਕ ਹੈ 2022 ਦੀ ਤਾਂ 2022 ਵਾਸਤੇ ਇੱਥੇ ਇੱਕ ਇੰਡੀਅਨ ਬੁੱਕ ਇੱਕ ਇੰਡੀਅਨ ਆਥਰ ਦੀ ਲਿਖੀ ਹੋਈ ਬੁੱਕ ਨੂੰ ਇੱਥੇ ਨੋਮੀਨੇਟ ਕੀਤਾ ਗਿਆ ਸ਼ਾਰਟਲਿਸਟ ਕੀਤਾ ਗਿਆ ਐਂਡ ਇਹਨਾਂ ਦੇ ਨਾਲ-ਨਾਲ ਹੋਰ ਕਿਹੜੀਆਂ ਕਿਤਾਬਾਂ ਇੱਥੇ ਸ਼ਾਰਟਲਿਸਟ ਹੋਈਆਂ ਨੇ तो पहली किताब इसका नाम हैवन एंडी मीको कवाकमी बट इसमें ट्रांसलेट किया ट्रांसलेट किया है अपने इन इंपोर्टेंट नहीं हैगी उस अगली किताब हैगी ठीक है यह कलाउडियापनीरी तो लिखी हुई है इन भी आप छास्ते किताब इंपोर्टेंट है आ वाली किताब टॉम ऑफ सैंड ਟੌਮਬ ਆਫ ਸੈਂਡ ਜਿਹੜੀ ਕਿਤਾਬ ਹੈਗੀ ਹੈ ਇਹ ਬੇਸਿਕਲੀ ਹਿੰਦੀ ਭਾਸ਼ਾ ਦੇ ਵਿੱਚ ਲਿਖੀ ਹੋਈ ਕਿਤਾਬ ਹੈਗੀ ਸੀਗੀ ਇਸ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਟ੍ਰਾਂਸਲੇਟ ਕੀਤਾ ਹੈਗਾ ਡੇਜ਼ੀ ਰੌਕਵੈਲ ਡੇਜ਼ੀ ਰੌਕਵੈਲ ਡੇਜ਼ੀ ਰੌਕਵੈਲ ਨਾਮ ਤੇ ਆਜ ਰੱਖਣਾ ਹੈ ਟ੍ਰਾਂਸਲੇਟਰ ਆਫ ਦ ਬੁੱਕ ਥੈਟ ਇਜ਼ ਟੌਮਬ ਆਫ ਸੈਂਡ ਐਂਡ ਦ ਰਾਈਟਰ ਇਜ਼ ਗਿਤਾंजलि श्री ਗਿਤਾंजलि श्री ਇਸ ਕਿਤਾਬ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਸ਼ਾਰਟਲਿਸਟ ਕੀਤਾ ਗਿਆ ਅਵਾਰਡ ਮਿਲੇ ਨਾ ਮਿਲੇ ਸ਼ਾਰਟਲਿਸਟ ਕਰਨ ਤੇ ਹੀ ਸਾਡੇ ਲਈ ਇੰਪੋਰਟੈਂਟ ਹੋ ਗਈ ਸਾਡੇ ਪੇਪਰ ਪੁਆਇੰਟ ਆਫ View ਤੋਂ ਬਹੁਤ ਇੰਪੋਰਟੈਂਟ ਹੈ ਅਵਾਰਡ ਜਿਹਨੂੰ ਮਰਜ਼ੀ ਮਿਲੇ ਠੀਕ ਹੈ ਅਵਾਰਡ ਜਿਹਨੂੰ ਮਰਜ਼ੀ ਮਿਲੇ ਦੀਜ਼ ਆਰ ਦਾ ਫਰਦਰ ਸ਼ਾਰਟਲਿਸਟਡ 6 ਕਿਤਾਬਾਂ ਇੱਥੇ ਸ਼ਾਰਟਲਿਸਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਇਹ ਸੀਗਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਨੈਕਸਟ ਜੇ ਅਗਰ ਆਪਾਂ ਗੱਲ ਕਰੀਏ ਬੁਕਰ ਪ੍ਰਾਈਜ਼ ਦੀ ਕਲਾ ਬੁਕਰ ਪ੍ਰਾਈਜ਼ ਤਾਂ ਬੁਕਰ ਪ੍ਰਾਈਜ਼ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਠੀਕ ਹੈ ਇੰਗਲਿਸ਼ ਭਾਸ਼ਾ ਦੇ ਵਿੱਚ ਲਿਖੀ ਹੋਈ ਕਿਤਾਬ ਜਿਹੜੀ ਯੂਕੇ ਜਾਂ ਆਇਰਲੈਂਡ ਦੇ ਵਿੱਚ ਪਬਲਿਸ਼ ਕੀਤੀ ਹੋਵੇ ਉਸ ਕਿਤਾਬ ਲਈ ਇਹ ਅਵਾਰਡ ਦਿੱਤਾ ਜਾਂਦਾ ਹੈਗਾ ਇਸ ਅਵਾਰਡ ਦੀ ਜਿਹੜੀ ਸ਼ੁਰੂਆਤ ਸੀਗੀ ਇਹ 1969 ਦੇ ਵਿੱਚ ਹੋਈ ਸੀਗੀ 1969 ਦੇ ਵਿੱਚ ਇਹਨੂੰ ਪਹਿhle ਬੋਲਦੇ ਸੀਗੇ ਮੁਕਰ ਮੈਕਨਲ ਪ੍ਰਾਈਜ਼ ਮੁਕਰ ਮੈਕਨਲ ਪ੍ਰਾਈਜ਼ ਫਿਰ ਉਸ ਤੋਂ ਬਾਅਦ ਬੇਸਿਕਲੀ 2002 ਤੋਂ ਲੈ ਕੇ 2019 ਤੱਕ ਇਹਨੂੰ ਬੋਲਿਆ ਗਿਆ ਮੈਨ ਬੁਕਰ ਪ੍ਰਾਈਜ਼ ਕਿਉਂਕਿ ਮੈਨ ਗਰੁੱਪ ਸਪான்ਸਰ ਕਰਦਾ ਸੀਗਾ 2019 'ਚ ਮੈਨ ਬੁੱਕ ਦਾ ਜਿਹੜਾ ਸਪான்ਸਰਸ਼ਿਪ ਸੀਗਾ ਉਹ ਖਤਮ ਹੋ ਗਿਆ ਕ੍ਰੈਂਕ ਕ੍ਰੈਂਕ ਟ੍ਰਾਫਟ ਕੰਪਨੀ ਦਾ ਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਇਹਨੂੰ ਕਹਿਣ ਲੱਗਿਆ ਕੱਲਾ ਬੁਕਰ ਪ੍ਰਾਈਜ਼ ਕੱਲਾ ਬੁਕਰ ਪ੍ਰਾਈਜ਼ ਕਲੀਅਰ ਪਹਿਲੀ ਵਾਰੀ ਇਹ ਅਵਾਰਡ 1969 ਦੇ ਵਿੱਚ ਅਨਾਉਂਸ ਕੀਤਾ ਕਲੀਅਰ ਪਹਿਲੀ ਵਾਰੀ ਤਾਂ ਹਰ ਸਾਲ ਇਹ ਅਵਾਰਡ ਦਿੱਤਾ ਜਾਂਦਾ ਹੈਗਾ ਹਰ ਸਾਲ ਇਸ ਅਵਾਰਡ ਨੂੰ ਅਨਾਉਂਸ ਕੀਤਾ ਜਾਂਦਾ ਹੈਗਾ ਐਂਡ ਇੱਥੇ ਪ੍ਰਾਈਸ ਜਿਹੜਾ ਹੈਗਾ ਸੀਗਾ ਬੇਸਿਕਲੀ 50000 ਪੌਂਡ ਦਾ ਜਿਹੜਾ ਪ੍ਰਾਈਸ ਹੈਗਾ ਉਹ ਦਿੱਤਾ ਜਾਂਦਾ ਰਾਈਟਰ ਨੂੰ ਤੇ ਜਿਹੜੇ ਸ਼ਾਰਟਲਿਸਟਰ ਹੁੰਦੇ ਨੇ ਇਹਨਾਂ ਨੂੰ 2500 ਪੌਂਡ ਦਾ ਇੱਥੇ ਅਵਾਰਡ ਦਿੱਤਾ ਜਾਂਦਾ ਜਿਹੜੇ ਸ਼ਾਰਟਲਿਸਟ ਕੀਤੇ ਜਾਂਦੇ ਨੇ ਉਹਨਾਂ ਨੂੰ 2500 ਪੌਂਡ ਦਾ ਅਵਾਰਡ ਇੱਥੇ ਦਿੱਤਾ ਜਾਂਦਾ ਹੈਗਾ ਬਟ ਦ ਪੁਆਇੰਟ ਇਜ਼ ਮਾਈ ਪੁਆਇੰਟ ਇਜ਼ ਕਿ ਕਿਸੇ ਇੰਡੀਅਨ ਨੂੰ ਪਹਿਲੇ ਬੁਕਰ ਪ੍ਰਾਈਸ ਮਿਲਿਆ ਹੋਇਆ किसी इंडियन हाँ जी एनी वन कोई ती दस सको ठीक है कोई दस सको कोई दस सको किसे इंडियन अवार्ड मिला इंडियन एनी वन वैरी गुड वैरी गुड हरप्रीत लो ठीक है अरुंधति रॉय गुड गुड दीज आर द ਆ ਬੇਸਿਕਲੀ ਥੀਜ਼ ਆਰ ਦਾ ਇੰਡੀਅਨਸ ਜਿਨਾਂ ਨੂੰ ਇਹ ਅਵਾਰਡ ਮਿਲਿਆ ਹੋਇਆ ਹੈਗਾ ਠੀਕ ਹੈ ਜੀ ਥੀਜ਼ ਆਰ ਦਾ ਇੰਡੀਅਨਸ 1971 ਦੇ ਵਿੱਚ ਯਾਨੀ ਕਿ ਮੈਨ ਬੁਕਰ ਸਟਾਰਟ ਹੋਣ ਦੇ 2 3 ਸਾਲ ਦੇ ਅੰਦਰ ਹੀ 1971 ਦੇ ਵਿੱਚ ਇੱਕ ਇੰਡੀਅਨ ਨੂੰ ਅਵਾਰਡ ਦਿੱਤਾ ਗਿਆ ਕਿਤਾਬ ਦਾ ਨਾਮ ਸੀਗਾ ਇਨ ਆ ਫਰੀ ਸਟੇਟ ਇਨ ਆ ਫਰੀ ਸਟੇਟ ਐਂਡ ਥਿਸ ਵਾਸ ਮਿਸਟਰ ਵੀ ਐਸ ਨਾਇਪਾਲ ਵੀ ਐਸ ਨਾਇਪਾਲ ਇਹਨਾਂ ਦੀ ਲਿਖੀ ਹੋਈ ਕਿਤਾਬ ਸੀਗੀ 1981 ਦੇ ਵਿੱਚ ਮਿਡਨਾਈਟਸ ਚਿਲड्रन ਮਿਡਨਾਈਟਸ ਚਿਲड्रन ਕਿਤਾਬ ਵਾਸਤੇ ਸਲਮਾਨ ਰੁਸ਼ਦੀ ਨੂੰ ਇਹ ਅਵਾਰਡ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ 1997 ਦੇ ਵਿੱਚ ਦਾ ਗॉड ਆਫ ਸਮਾਲ ਥਿੰਗਸ ਦਾ ਗॉड ਆਫ ਸਮਾਲ ਥਿੰਗਸ ਅਰੁੰਧਤੀ ਰాయ ਨੂੰ ਐਨੂ ਅਵਾਰਡ ਮਿਲਿਆ ਹੋਇਆ ਅਰੁੰਧਤੀ ਰాయ 2006 ਦੇ ਵਿੱਚ ਦਾ ਇਨਹੈਰੀਟੈਂਸ ਆਫ ਲਾਸ ਕਿਰਨ ਦੇਸਾਈ ਕਿਰਨ ਦੇਸਾਈ 2008 ਦੀ ਵਾਈਟ ਟਾਈਗਰ ਰਵਿੰਦ ਅਦੀਗਾ ਇਹ ਉਹ ਕਿਤਾਬਾਂ ਨੇ ਜਿਨ੍ਹਾਂ ਨੂੰ ਇੱਥੇ ਇੰਡੀਅਨਸ ਦੇ ਇਹ ਉਹ ਇੰਡੀਅਨਸ ਰਾਈਟਰ ਨੇ ਜਿਨ੍ਹਾਂ ਦੀ ਕਿਤਾਬਾਂ ਨੂੰ ਇੱਥੇ ਦਿੱਤਾ ਗਿਆ ਹੈਗਾ ਬੁਕਰ ਪ੍ਰਾਈਜ਼ ਬੁਕਰ ਪ੍ਰਾਈਜ਼ ਦਾ चलो जी एंड अगर आप बुकर प्राइज की गल करिए बुकर प्राइज दो हजार इक्कीू दिता गया दो हजार बी काउंस नहीं होटलिस्ट किया गया दो हजार बुकर प्राइज जुकर प्राइज ए दिता गया किताब

ਤਦੂ ਸਟੇਟਮੈਂਟ ਵਾਲਾ ਕੁਐਸਚਨ ਵੀ ਆ ਸਕਦਾ ਪੀਪੀਐਸਸੀ ਦੇ ਇਗਜ਼ਾਮ ਦੇ ਵਿੱਚ ਇਹਨੂੰ ਲੈ ਕੇ ਇਸ ਚੀਜ਼ ਨੂੰ ਧਿਆਨ ਰੱਖਿਓ ਕਿਉਂਕਿ ਇਹਵਾਰਡ ਬਹੁਤ ਇੰਪੋਰਟੈਂਟ ਹੈ ਚਲੋ ਅੱਗੇ ਚੱਲਦੇ ਹਾਂ ਦਾ ਨੈਕਸਟ ਇਜ਼ ਦਾ ਕੈਬਨਟ ਅਪਰੂਵਸ ਦਾ ਐਕਸਟੈਂਸ਼ਨ ਆਫ ਅਟਲ ਇਨੋਵੇਸ਼ਨ ਮਿਸ਼ਨ ਟਿਲ ਮਾਰਚ 2023 ਮਾਰਚ 2023 ਤੱਕ ਅਟਲ ਅਟਲ ਇਨੋਵੇਸ਼ਨ ਮਿਸ਼ਨ ਨੂੰ एक्सटेंड कर दिया गया देखो अटल इनोवेशन जिस हजार पंद्रह बजट नरेंद्र मोदी जी ने बेसिकलीपोज बाय नरेंद्र मोदी दो हजार सोलहली शुरुआत अटल इनोवेश मिशन दी दी है एंड दिशन बाय नीति आयोग दर्ड अंडर द गायफ नीति आयोग क्लियर ਅਨਿਹੜਾ ਮਿਸ਼ਨ ਹੈਗਾ ਇਹ ਨੀਤੀ ਆਯੋਗ ਦੀ ਗਾਈਡੈਂਸ ਦੇ ਵਿੱਚ ਵਰਕ ਕਰਦਾ ਹੈਗਾ ਐਂਡ ਮੋਦੀ ਜੀ ਨੇ ਬੇਸਿਕਲੀ ਇਸ ਸਕੀਮ ਨੂੰ ਐਕਸਟੈਂਡ ਕਰ ਦਿੱਤਾ ਹੈਗਾ 2023 ਤੱਕ ਮਾਰਚ 2023 ਤੱਕ ਠੀਕ ਹੈ ਐਂਡ 2022-23 ਵਾਸਤੇ ਇਸ ਅਟਲ ਇਨੋਵੇਸ਼ਨ ਮਿਸ਼ਨ ਵਾਸਤੇ 2000 ਕਰੋੜ ਦਾ ਫੰਡ ਅਲੋਕੇਸ਼ਨ ਕੀਤਾ ਗਿਆ 2000 ਕਰੋੜ ਦਾ ਫੰਡ ਅਲੋਕੇਸ਼ਨ ਇੱਥੇ ਕੀਤਾ ਗਿਆ ਕਲੀਅਰ 2000 ਕਰੋੜ ਦਾ ਫੰਡ ਅਲੋਕੇਸ਼ਨ ਇੱਥੇ ਕੀਤਾ ਗਿਆ ਹੁਣ ਬੇਸਿਕਲੀ ਐਕਸਟੈਂਡਡ ਟਾਰਗੇਟ ਇੱਥੇ ਕੀ ਰੱਖਿਆ ਗਿਆ ਹੈਗਾ ਕਿ ਕੀ ਫਰਦਰ ਇੱਥੇ ਪ੍ਰੋਗਰੈਸ ਹੋਣਾ ਚਾਹੀਦਾ ਤਾਂ 10000 अटल टिंकरिंग लैब्स अथे बनाए जा रही है 10000 अटल टिंकरिंग लैब्स अटल टिंकरिंग लैब्स बेसिकली जड़ा साडा यूथ हैगा जड़े की आ, स्कूल से विच पढ़दे बच्चे ने कॉलेज यूनिवर्सिटीज दे विच बच्चे पढ़दे ने ओना नु बेसिकली क्रिएटिव थिंकिंग्स दे नाल जोड़ना टेक्नोलॉजी दे नाल जोड़ना दैट वाज अटल टिंकरिंग लैब्स उस तो बाद 101 अटल इनक्यूबेशन सेंटर्स अटल इनक्यूबेशन सेंटर बनाए जा रहे ने उस पर 50 अटल कम्युनिटी इनोवेशन सेंटर्स बनाए जा रहे ने एंड 200 ਸਟਾਰਟਅਪਸ ਵਾਇਆ ਦਾ ਅਟਲ ਨਿਊ ਇੰਡੀਆ ਚੈਲੰਜਸ 200 ਨਏ ਸਟਾਰਟਅਪਸ ਨੀਤੀ ਆਯੋਗ ਦੇ ਦੁਆਰਾ ਸਟਾਰਟ ਕਰਨ ਦਾ ਇੱਥੇ ਪਲਾਨ ਹੈਗਾ ਠੀਕ ਹੈ ਐਮਐਸਐਮਈਜ਼ ਲੈਵਲ ਨੂੰ ਰਿਸਰਚ ਇੰਸਟੀਟਿਊਸ਼ਨ ਨੂੰ ਨਾਲ ਜੋੜਦੇ ਹੋਏ ਅੱਗੇ ਲੈ ਕੇ ਜਾਣਾ ਅਟਲ ਇਨੋਵੇਸ਼ਨ ਮਿਸ਼ਨ ਦਾ ਇਹ ਟਾਰਗੇਟ ਸੀਗਾ ਅਟਲ ਇਨੋਵੇਸ਼ਨ ਮਿਸ਼ਨ ਦਾ ਇਹ ਟਾਰਗੇਟ ਸੀਗਾ ਦੈਟ ਇਸ ਦਾ ਹੋਲਿਸਟਿਕ ਅਪਰੋਚ ਟੂ ਇਨਸ਼ੋਰ ਕ੍ਰੀਏਸ਼ਨ ਆਫ ਅ ਪ੍ਰੋਬਲਮ ਸੋਲਵਿੰਗ ਇਨੋਵੇਟਿਵ ਮਾਈਂਡਸੈਟ ਇਨ ਸਕੂਲਸ ਐਂਡ ਕ੍ਰੀਏਟਿੰਗ ਐਨ ਇਕੋਸਿਸਟਮ ਆਫ ਦਾ ਐਂਟਰਪ੍ਰੈਨਰਸ਼ਿਪ ਇਨ ਦਾ ਯੂਨੀਵਰਸਿਟੀਜ਼ ਰਿਸਰਚ ਇੰਸਟੀਟਿਊਸ਼ਨਸ ਐਂਡ ਪ੍ਰਾਈਵੇਟ ਐਂਡ ਐਮ ਐਸ ਐਮ ਈ ਸੈਕਟਰ ਦੇਖੋ ਅੱਜ ਦਾ ਸਾਡਾ ਜਿਹੜਾ ਯੂਥ ਹੈਗਾ ਨਾ ਬੇਸਿਕਲੀ ਸਕੂਲ ਕਾਲਜ ਦੇ ਵਿੱਚ ਜਿਹੜਾ ਯੂਥ ਪੜਦਾ ਉਸ ਦੀ ਮੈਂਟੈਲਿਟੀ ਕਰਦੇ ਇਦਾਂ ਦੀ ਹੋ ਜਾਂਦੀ ਹੈ ਬੇਸਿਕਲੀ ਆਸ-ਪਾਸ ਦਾ ਮਾਹੌਲ ਦੇਖਦੇ ਕਿ ਮੈਂ ਫਟਾਫਟ ਪੜ ਕੇ ਨੌਕਰੀ ਲੈਣੀ ਹੈ ਠੀਕ ਹੈ ਮੈਂ ਸਰਕਾਰੀ ਨੌਕਰੀ ਲੈਣੀ ਹੈ ਮੈਂ ਪ੍ਰਾਈਵੇਟ ਨੌਕਰੀ ਲੈਣੀ ਹੈ ਤਾਂ ਬੇਸਿਕਲੀ ਅਟਲ ਇਨੋਵੇਸ਼ਨ ਮਿਸ਼ਨ ਦਾ ਜਿਹੜਾ ਮੇਨ ਪ੍ਰੋਜੈਕਟ ਹੈਗਾ ਮੇਨ ਪਰਪਸ ਹੈਗਾ ਉਹ ਕੀ ਹੈਗਾ ਟਰਾਈ ਟੂ ਬੀ ਅ ਜੌਬ ਸੀਕਰ ਬੀ ਅ ਜੌਬ ਪ੍ਰੋਵਾਈਡਰ ਕਿ ਤੁਸੀਂ ਐਂਟਰਪ੍ਰੈਨਰਸ਼ਿਪ ਵੱਲ ਵਧੋ

ਗਵਰਨਮੈਂਟ ਰੈਗੂਲੇਟਿਡ ਬਾਡੀ ਇਟ ਇਜ਼ ਜਸਟ ਅ ਥਿੰਕ ਟੈਂਕ ਇਟ ਇਜ਼ ਅ ਪਾਲਿਸੀ ਮੇਕਿੰਗ ਇੰਸਟੀਟਿਊਸ਼ਨ ਠੀਕ ਹੈ ਇਹਨੂੰ ਬੇਸਿਕਲੀ ਸਰਕਾਰ ਨੇ ਆਪਣੇ ਲੈਵਲ ਤੇ ਬਣਾਇਆ ਹੋਇਆ ਇਹ ਨਾ ਹੀ ਕਨਸਟੀਟਿਊਸ਼ਨਲ ਹੈਗੀ ਹੈ ਮਤਲਬ ਸੰਵਿਧਾਨ ਦੇ ਵਿੱਚ ਕੋਈ ਛੇੜਖੰਨੀ ਨਹੀਂ ਕੀਤੀ ਗਈ ਇਹਨੂੰ ਬਣਾਉਣ ਵਾਸਤੇ ਨਾ ਹੀ ਇਹਨੂੰ ਬਣਾਉਣ ਵਾਸਤੇ ਪਾਰਲੀਮੈਂਟ ਦੇ ਵਿੱਚ ਕੋਈ ਐਕਟ ਪਾਸ ਕੀਤਾ ਗਿਆ ਨਾ ਹੀ ਇਹ ਸਟੈਚੂਟਰੀ ਹੈ ਨਾ ਹੀ ਇਹ ਕਨਸਟੀਟਿਊਸ਼ਨਲ ਹੈ ਯਾਨੀ ਕਿ ਕੋਈ ਵੀ ਸਰਕਾਰ ਆ ਕੇ ਕੋਈ ਵੀ ਪ੍ਰਧਾਨ ਮੰਤਰੀ ਬਣ ਕੇ ਕੋਈ ਵੀ ਕੈਬਨਿਟ ਜਦੋਂ ਆਏਗਾ ਆਪਣੀ ਮਰਜ਼ੀ ਤੇ ਅਗਰ ਉਹਦੀ ਮਰਜ਼ੀ ਹੈ ਬਿਨਾ ਕਿਸੇ ਪਾਰਲੀਮੈਂਟ ਦੇ ਵਿੱਚ ਚਰਚਾ ਕੀਤੇ ਬਿਨਾ ਕਿਸੇ ਪਾਰਲੀਮੈਂਟਰੀ ਮੈਜੋਰਿਟੀ ਦੇ ਇਹੋ ਜੀ ਬਾਡੀ ਨੂੰ ਰੱਦ ਕਰ ਸਕਦਾ ਹੈ ਚੇਂਜ ਕਰ ਸਕਦਾ ਕਲੀਅਰ ਕਲੀਅਰ ਇਟ ਇਜ਼ ਅ ਥਿੰਕ ਟੈਂਕ ਥਿੰਕ ਟੈਂਕ ਕੀ ਹੁੰਦਾ ਹੈਗਾ ਪਾਲਿਸੀ ਮੇਕਿੰਗ ਇੰਸਟੀਟਿਊਸ਼ਨਸ ਪਾਲਿਸੀ ਮੇਕਿੰਗ ਇੰਸਟੀਟਿਊਸ਼ਨਸ ਥੈਟ ਇਜ਼ ਅ ਨੀਤੀ ਆਯੋਗ ਹੂ ਇਜ਼ ਦਾ ਵਾਈਸ ਚੇਅਰਮੈਨ ਆਫ ਨੀਤੀ ਆਯੋਗ ਯੈਸ ਬਾਈ ਅਨਦਰ ਕੁਐਸਚਨ ਹੂ ਇਜ਼ ਦਾ ਵਾਈਸ ਚੇਅਰਮੈਨ ਆਫ ਨੀਤੀ ਆਯੋਗ Who is the vice chairman of नीति आयोग? Vice chairman, डापटी चेयरमैन, जल्दी जल्दी दसो। The chairman of नीति आयोग, the chairman of Niti आयोग is the prime minister of India. That is the ex officio chairperson. It is the prime minister of India. The second person, that is vice chairperson, is Dr. Rajiv Kumar. Dr. Rajiv Kumar, clear? PM is the

यानी कि सॉरी फर्स्ट मीटिंग मैं कह सकता दो हजार दी फर्स्ट क्वार्टर दी नहीं कहूंगा क्योंकि बेसिकली मोनिटरी पॉलिसी कमेटी है मंथली मिलती है मोनिटरी पॉलिसी कमेटी मंथली मतलब दो महीने बारी दो महीनेट मीटिंग जी अप्रैल हुई है मतलब इस दी, इस फाइनेंशियल ईयर मीटिंग ए, हुई है April ਦੇ ਵਿੱਚ ਠੀਕ ਹੈ ਸੈਕੰਡ ਹੋਊਗੀ ਜੂਨ ਦੇ ਵਿੱਚ ਇੱਕ ਮਹੀਨਾ ਛੱਡੋ ਅਗਲੇ ਮਹੀਨੇ ਹੋਈ ਜਾਣੀ ਹੈ ਠੀਕ ਹੈ ਤਾਂ ਇਸ ਪਹਿਲੀ ਮੀਟਿੰਗ ਦੇ ਵਿੱਚ ਕੀ ਡਿਸੀਜਨ ਲਿੱਤੇ ਗਏ ਪਾਲਿਸੀ ਰੇਟਸ ਥੀਸ ਆਰ ਦਾ ਪਾਲਿਸੀ ਰੇਟਸ ਠੀਕ ਹੈ ਥੀਸ ਆਰ ਦਾ ਪਾਲਿਸੀ ਡੇਟਸ ਐਂਡ ਰਿਜ਼ਰਵ ਰੇਟਸ ਵੀ ਆਰ অলਰਾਇਟ ਇਹਦੇ ਬਾਰੇ ਮੈਂ ਆਪਣੀ ਪ੍ਰੀਵਿਅਸ ਕਲਾਸ ਦੇ ਵਿੱਚ ਵੀ ਦੱਸਿਆ ਕਿ ਸੀਗਾ ਕਿਉਂਕਿ ਇਹ ਕੱਲ ਹੀ ਅਨਾਉਂਸ ਕੀਤੀ ਗਈ ਸੀਗੀ ਠੀਕ ਹੈ ਤਾਂ ਰੈਪੋਰਟ ਅਨਚੇਂਜਡ ਇਹਨੂੰ ਕੋਈ ਚੇਂਜ ਨਹੀਂ ਕੀਤਾ ਗਿਆ ਅਨਚੇਂਜਡ क्लियर रिवर्स रेपो रेट इज चेंज इतने बेसिकली थोड़ा जा गलत लिखा हुआ है इट इज इट इज चेंज मार्जिनल स्टैंडिंग फैसिलिटी रेस्ट इज अनचेंज बैंक रेट इज अनचेंज सी आर ये सारे रेट्स इतने साडे कोल दसे जा रहे ने ठीक है एंड मेन पॉइंट इज एकोमोडेटिव सस्टेंस द मॉनेटरी पॉलिसी कमेटी डिसाइडेड टू कंटिन्यूस विद द एकोमोडेटिव स्टैंस ठीक है इस पॉइंट नो ध्यान दे विच रखना हैगा ਜੀਡੀਪੀ ਗਰੋਥ ਰੇਟ 7.2% ਤੇ ਰੱਖੀ ਗਈ ਹੈਗੀ ਹੈ ਇੱਥੇ ਅਨਾਉਂਸ ਕੀਤਾ ਗਿਆ 7.2% ਇਹ ਜੀਡੀਪੀ ਗਰੋਥ ਰੇਟ ਨੂੰ ਲੈ ਕੇ ਵੀ ਕੁਐਸਚਨ ਇੱਥੇ ਪੇਪਰ ਦੇ ਵਿੱਚ ਬਣ ਜਾਂਦਾ ਠੀਕ ਹੈ ਜੀਡੀਪੀ ਗਰੋਥ ਰੇਟ ਨੂੰ ਲੈ ਕੇ ਕੁਐਸਚਨ ਪੇਪਰ ਦੇ ਵਿੱਚ ਬਣ ਜਾਂਦਾ ਕਲੀਅਰ that is the next ਹਾਂਜੀ ਬੇਸਿਕਲੀ ਸਾਡਾ ਜਿਹੜਾ ਮੋਨਿਟਰੀ ਪਾਲਿਸੀ ਕਮੇਟੀ ਹੈਗੀ ਹੈ ਠੀਕ ਹੈ ਤਾਂ ਬੇਸਿਕਲੀ ਮੋਨਿਟਰੀ ਪਾਲਿਸੀ ਕਮੇਟੀ ਦੇ ਵਿੱਚ 6 ਮੈਂਬਰ ਹੁੰਦੇ ਨੇ ਇਹ ਗੱਲ ਮੇਨ ਇੰਪੋਰਟੈਂਟ ਧਿਆਨ ਰੱਖਣ ਵਾਲੀ ਇਹ ਚ 6 ਮੈਂਬਰ ਹੁੰਦੇ ਨੇ ਛੇ ਦੇ ਵਿੱਚੋਂ ਤਿੰਨ ਮੈਂਬਰ ਜਿਹੜੇ ਨੇ ਇਹ ਗਵਰਨਮੈਂਟ ਦੇ ਹੁੰਦੇ ਨੇ ਅਪਾਇੰਟਡ ਬਾਈ ਗਵਰਨਮੈਂਟ ਆਫ ਇੰਡੀਆ ਐਂਡ 3 ਫ੍ਰੋਮ ਆਰਬੀਆਈ ਦੇਖੋ ਬੇਸਿਕਲੀ ਮੋਨਟਰੀ ਪਾਲਿਸੀ ਕਮੇਟੀ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਅਗਰ ਆਪਾਂ ਡਿਸਕਸ ਕਰੀਏ ਮੋਨਟਰੀ ਪਾਲਿਸੀ ਕਮੇਟੀ ਦੀ ਸ਼ੁਰੂਆਤ ਹੋਈ ਸੀਗੀ 2014 ਦੇ ਵਿੱਚ 2014 ਦੇ ਵਿੱਚ ਬੇਸਿਕਲੀ ਉਰਜੀਤ ਪਟੇਲ ਐਟ that time ਬੇਸਿਕਲੀ ਉਰਜੀਤ ਪਟੇਲ ਵਾਸ ਦਾ ਡਿਪਟੀ ਗਵਰਨਰ ਆਫ ਆਰਬੀਆਈ ਤਾਂ 우르지ਤ ਪਟੇਲ ਦੀ ਕਮਾਂਡ ਦੇ ਵਿੱਚ ਆਰਬੀਆਈ ਨੇ ਕਮੇਟੀ ਬਣਾਈ ਸੀ ਕਿ ਗਵਰਨਮੈਂਟ ਨੇ ਕਮੇਟੀ ਬਣਾਈ ਸੀ ਕਿ ਕਿੱਦਾਂ ਮੋਨਿਟਰੀ ਪਾਲਿਸੀ ਦੇ ਪ੍ਰੋਸੈਸ ਨੂੰ ਹੋਰ ਈਜ਼ੀ ਕੀਤਾ ਜਾ ਸਕਦਾ ਹੈ ਕਿੱਦਾਂ ਇਸ ਦੇ ਵਿੱਚ ਹੋਰ ਟਰਾਂਸਪੇਰੈਂਸੀ ਲੈ ਕੇ ਆਈ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਮੋਨਿਟਰੀ ਪਾਲਿਸੀ ਦੀ ਜਿਹੜੀ ਮੀਟਿੰਗ ਹੁੰਦੀ ਸੀਗੀ ਆਰਬੀਆਈ ਗਵਰਨਰ ਹੀ ਦੀ ਕਮਾਂਡ ਦੇ ਵਿੱਚ ਹੁੰਦੀ ਸੀਗੀ ਹੋਰ ਮੈਂਬਰਸ ਨਹੀਂ ਹੁੰਦੇ ਸੀਗੇ ਕਮੇਟੀ ਉਦੋਂ ਨਹੀਂ ਹੁੰਦੀ ਸੀਗੀ ਤਾਂ ਸਰਕਾਰ ਨੇ ਬੇਸਿਕਲੀ ਇੱਕ ਕਮੇਟੀ ਬਣਾਈ 우르지ਤ ਪਟੇਲ ਨੂੰ ਕਮਾਂਡ ਦਿੱਤੀ ਕਿ ਤੁਸੀਂ ਦੱਸੋ ਕਿੱਦਾਂ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ ਤਾਂ 2014 ਦੇ ਵਿੱਚ 우 ਇੱਕ ਕਮੇਟੀ ਬਣਾ ਲਓ ਨਹੀਂ ਮੰਨੇ ਠੀਕ ਹੈ ਬੰਨੇ ਉਰਜੀਤ ਪਟੇਲ ਨੇ ਰეკਮੈਂਡ ਕੀਤਾ ਕਿ 7 ਮੈਂਬਰ ਦੀ ਇੱਕ ਕਮੇਟੀ ਬਣਾਓ ਠੀਕ ਹੈ 4 ਮੈਂਬਰ ਆਰਬੀਆਈ ਦੇ 3 ਮੈਂਬਰ ਗਵਰਨਮੈਂਟ ਦੇ ਨਹੀਂ ਮੰਨੇ 2016 ਦੇ ਵਿੱਚ 2016 ਦੇ ਵਿੱਚ ਜਦੋਂ ਉਰਜੀਤ ਪਟੇਲ ਆਰਬੀਆਈ ਦੇ ਗਵਰਨਰ ਬਣੇ 2016 ਦੇ ਵਿੱਚ ਜਦੋਂ ਉਰਜੀਤ ਪਟੇਲ ਆਰਬੀਆਈ ਦੇ ਗਵਰਨਰ ਬਣੇ ਸਰਕਾਰ ਨੇ ਕਮੇਟੀ ਬਣਾਈ ਬਟ ਜਿਵੇਂ ਉਰਜੀਤ ਪਟੇਲ ਨੇ ਕਿਹਾ ਸੀਗਾ ਉਹਦਾ ਨਹੀਂ ਸਰਕਾਰ ਨੇ ਕਿਹਾ ਇਕੁਐਲਿਟੀ ਤਿੰਨ ਆਰਬੀਆਈ ਦੇ ਤਿੰਨ ਗਵਰਨਮੈਂਟ ਦੇ 6 ਮੈਂਬਰ ਹੋਣਗੇ ਇੱਥੇ ਤਿੰਨ ਆਰਬੀਆਈ ਦੇ ਤਿੰਨ ਗਵਰਨਮੈਂਟ ਦੇ ਠੀਕ ਹੈ ਤਿੰਨ ਆਰਬੀਆਈ ਦੇ ਤਿੰਨ ਗਵਰਨਮੈਂਟ ਦੇ ਤਾਂ ਗਵਰਨਮੈਂਟ ਦੇ ਜਿਹੜੇ ਮੈਂਬਰ ਹੋਣਗੇ ਇਹਨਾਂ ਦਾ ਟਨਿਓਰ ਹੋਊਗਾ 4 ਸਾਲ ਦਾ ਯਾਨੀ ਕਿ 4 ਸਾਲ ਕੰਮ ਕਰਨਗੇ 4 ਸਾਲ ਬਾਅਦ ਗਵਰਨਮੈਂਟ ਚੇਂਜ ਕਰ ਦੋਗੀ ਮੈਂਬਰਸ ਨੂੰ ਤੇ ਆਰਬੀਆਈ ਵਾਲੇ ਮੈਂਬਰ ਜਦੋਂ ਤੱਕ ਆਰਬੀਆਈ ਚ ਰਹਿਣਗੇ ਜੋ ਤੱਕ ਆਰਬੀਆਚ ਰਹੇ ਮੰਨ ਲਓ ਆਰਬੀਆਈ ਦੇ ਮੈਂਬਰ ਦੇ ਵਿੱਚ ਇੱਕ ਗਵਰਨਰ ਹੁੰਦਾ ਇੱਕ ਡਪਟੀ ਗਵਰਨਰ ਹੁੰਦਾ ਇੱਕ ਐਗਜ਼ੀਕਿਊਟਿਵ ਡਾਇਰੈਕਟਰ ਹੁੰਦਾ ਗਵਰਨਰ ਹੈ ਮੰਨ ਲਓ ਪਹਿਲਾ ਉਰਜੀਤ ਪਟੇਲ ਸੀਗੇ ਤਾਂ ਉਰਜੀਤ ਪਟੇਲ ਜਰੂਰ ਤੱਕ ਆਰਬੀਆਈ ਦੇ ਗਵਰਨਰ ਨੇ ਉਦੋਂ ਤੱਕ ਹੀ ਮੋਨਟਰੀ ਪਾਲਿਸੀ ਕਮੇਟੀ ਦੇ ਮੈਂਬਰ ਨੇ ਜਦੋਂ ਉਰਜੀਤ ਪਟੇਲ ਆਰਬੀਆਈ ਦੇ ਗਵਰਨਰ ਨਹੀਂ ਤਾਂ ਉਹ ਮੋਨਟਰੀ ਪਾਲਿਸੀ ਕਮੇਟੀ ਦੇ ਮੈਂਬਰ ਵੀ ਨਹੀਂ ਪਹਿਲਾਂ ਆਪਾਂ ਗੱਲ ਕਰਦੇ ਆ ਤਿੰਨ ਗਵਰਨਮੈਂਟ ਦੇ ਮੈਂਬਰ ਕਿਹੜੇ-ਕਿਹੜੇ ਨੇ दैट इज प्रोफेसर आशिमा गोयल प्रोफेसर आशिमा गोयलरा गांधी इंस्टीट्यूट ऑफ डेवलपमेंट रिसर्च प्रोफेसर ने सेकेंड मैंबर इज प्रोफेसर जयंत आर वर्मा ही इज़ द प्रोफेसर एट आई आई एम अहमदाबाद इंडियन इंस्टीट्यूट ऑफ मैनेजमेंट अहमदाबाद केोफेसर ने थर्ड मैंबर इज डॉक्टर शशी डॉक्टर शशांक भिडे डॉक्टर शशांक भिडे ही सीनियर एडवाइजर एट द नैशनल काउंसिल ऑफ अपलाइड इकोनमिक रिसर्च हिजा सीनियर एडवाइजर एट नेशनल काउंसिल ऑफ अप्लाइड इकोनॉमिक रिसर्च दैट इज शशांक भिड़े शशांक भिड़े ये तीन गवर्नमेंट के द्वारा अपॉइंट किए हुए मैंबर ने मोनिटरी पॉलिसी कमेटी के मोनिटरी पॉलिसी कमेटी के क्लियर एंड द नेक्स्ट थिंग इज मृदुल के सगर मृदुल के सगर मृदुल के सगर इज द एग्जीक्यूटिव डायरेक्टर ऑफ आरबीआई ठीक है एग्जीक्यूटिव डायरेक्टर ने आरबीआई दे आरबीआई वालों मॉनेटरी पॉलिसी कमेटी दे मेंबर ने द नेक्स्ट इज डॉ डॉ डॉक्टर माइकल देव पात्रा डॉक्टर माइकल देव पात्रा ही इज द डिप्टी गवर्नर इन डिप्टी गवर्नर इन आरबीआई एंड नेक्स्ट इज शक्तिकांत दास द गवर्नर ऑफ आरबीआई देखो छह मेंबर ने छह मेंबर दे विच चेयरमैन कौन हैगा शक्तिकांत दास आरबीआई का गवर्नर द आरबीआई गवर्नर इज द चेयरमैन ऑफ द कमेटी एक कमेटी का चेयरमैन होगा जेड़ा आरबीआई का गवर्नर होगा ठीक है हुन छह मेंबर हैगे ने डिसीजन किदा लंदे ने उन जेड़े साडे कोल पॉलिसी रेट सिगे रेपो रेट रिवर्स रेपो रेट ਏ ਵੋਟਿੰਗ ਕਰਕੇ ਡਿਸੀਜਨ ਲੈਂਦੇ ਨੇ ਇੱਕ ਹੀ ਕਰਦੇ ਨੇ ਵੋਟਿੰਗ ਇਹਨਾਂ ਦੇ ਵਿੱਚ ਇੰਟਰਨਲ ਵੋਟਿੰਗ ਹੁੰਦੀ ਹੈ 6 ਮੈਂਬਰ ਦੀ ਜਿਹੜੇ ਪਾਸੇ ਮੈਜੋਰਟੀ ਹੋ ਜਾਏ ਉਹ ਡਿਸੀਜਨ ਫਾਈਨਲ ਹੈਗਾ ਜਿਹੜੇ ਪਾਸੇ ਮੈਜੋਰਟੀ ਹੋ ਜਾਏ ਉਹ ਡਿਸੀਜਨ ਫਾਈਨਲ ਹੈਗਾ ਬਟ ਕਦੀ ਮੰਨ ਲਓ ਐਡਾ ਹੋ ਜਾਂਦਾ ਕਿ ਤਿੰਨ ਕਹਿੰਦੇ ਨੇ ਚੇਂਜ ਕਰਨਾ ਹੈ ਤਿੰਨ ਕਹਿੰਣਗੇ ਅਨਚੇਂਜ ਰੱਖਣਾ ਹੈਗਾ ਮਤਲਬ ਕੀ ਹੋ ਗਿਆ ਟਾਈ ਦਾ ਕੇਸ ਹੋ ਗਿਆ ਟਾਈ ਠੀਕ ਹੈ 3 3 ਦਾ ਕੇਸ ਹੋ ਗਿਆ ਫਿਰ ਡਿਸੀਜਨ ਕਿੱਦਾਂ ਆਊਗਾ ਤਾਂ ਇਨ ਕੇਸ ਆਫ ਟਾਈ डिजन the the द वोट ऑफ आर बी आई गवर्नर इज बाउंडेड द डिजन ऑफ आर बी आई गवर्नर विस्तमी गवर्नर का जो डिशीजनड है इनकेस इन टाई क्लियर क्लियर हो गया कोई डाउट है किसी ਦੈਟ ਵਾਸ ਦਾ ਮੋਨਟਰੀ ਪਾਲਿਸੀ ਕਮੇਟੀ ਇਹ ਹਰ 2 ਮਹੀਨੇ ਦੇ ਵਿੱਚ ਇੱਕ ਵਾਰੀ ਮਿਲਦੀ ਹੈ 6 ਦੇ 6 ਮੈਂਬਰ ਮਿਲਦੇ ਨੇ ਐਂਡ ਡਿਸਾਈਡ ਕਰਦੇ ਨੇ ਦਾ ਪਾਲਿਸੀ ਰੇਟਸ ਆਫ ਦਾ ਕੰਟਰੀ ਓਕੇ ਲੈਟ ਮੀ ਚੈੱਕ ਦੈਟ ਆਊਟਸ ਇਸ ਚੀਜ਼ ਉੱਪਰ ਰਗੁਰਾਮ ਰਾਜਨ ਨੇ ਰਿਜ਼ਾਈਨ ਕੀਤਾ ਸੀ ਉਦੋਂ ਰਜਿੰਦਰ ਸਿੰਘ ਜੀ ਰਗੁਰਾਮ ਰਾਜਨ ਨੇਵਰ ਰਿਜ਼ਾਈਨਡ ਉਹਨਾਂ ਦਾ ਟਰਮ ਖਤਮ ਹੋਇਆ ਸੀਗਾ ਉਹਨਾਂ ਨੇ ਰਿਜ਼ਾਈਨ ਨਹੀਂ ਕੀਤਾ ਸੀਗਾ ਉਹਨਾਂ ਦਾ ਟਰਮ ਖਤਮ ਹੋਇਆ ਸੀਗਾ ਕਲੀਅਰ 2016 ਚ ਉਹਨਾਂ ਦਾ ਟਰਮ ਖਤਮ ਹੋ ਗਿਆ ਸੀਗਾ

डि नॉट रिजाइंड ही रिजेक्ट द सेकेंड ऑफर उन्होंने रिजेक्ट कियाउट रघु राम राजन दट इज दघुराम राजन ठीक है द रघुराम राजन इज अ वेरी जीनियस पर्सनैलिटी ठीक है uh, पंजाब वा, एग्जाम वास्ते न्यूज पेपर कड़ा बेसिकली ट्रिब्यून रीड कर सकते हो ठीक है ट्रिब्यून रीड कर सकते हो ट्रिब्यून इज बेस्ट फॉर द पंजाब गवर्नमेंट एग्जाम यू कैन रीड द ट्रिब्यून न्यूज पेपर हाँ जी आई थिंक दिस वॉज द लास्ट न्यूज ऑफ द डे क्लियर यह करंट अफेयर बहुत ही इंपॉर्टेंट न्यूज आपा डिस्कस किया है कोई डाउट आया कुछ समझ नहीं आया कमेंट सेक्शन सैक्शन ਸਾਰੇ ਡਾਊਟਸ ਆਪਾਂ ਹੈਂਡਲ ਕਰਾਂਗੇ ਡਿਸਕਸ ਕਰਾਂਗੇ ਠੀਕ ਹੈ ਪਲੀਜ਼ ਪੜਾਈ ਕਰਦੇ ਰਹੋ ਆਹੀ ਵੇਲਾ ਹੈਗਾ ਆਹੀ ਟਾਈਮ ਹੈਗਾ ਨੌਕਰੀ ਲੈਣ ਦਾ ਕਿਉਂਕਿ ਆਪਾਂ ਨੌਕਰੀ ਲਵਾਂਗੇ ਆਪਾਂ ਅੱਗੇ ਵਧਾਂਗੇ ਇਹੀ ਸਾਡਾ ਬੇਸਿਕਲੀ ਲਕਸ਼ ਹੈਗਾ ਹੋਰ ਕੋਈ ਲਕਸ਼ ਤਾਂ ਸਾਡੇ ਅੱਗੇ ਹੈ ਹੀ ਨਹੀਂ ਇਸੇ ਕਰਕੇ ਤਾਂ ਆਪਾਂ ਪੜਾਈ ਕਰ ਰਿਹਾ ਇਸੇ ਕਰਕੇ ਆਪਾਂ ਕਲਾਸ ਦੇਖ ਰਹੇ ਹਾਂ ਕੋਈ ਡਾਊਟ ਆਂਦਾ ਹੈਗਾ ਕਲਾਸ ਬਾਅਦ ਦੇ ਵਿੱਚ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਡਾਊਟ ਪੁੱਛਿਆ ਕਰੋ ਕਲੀਅਰ ਤਾਂ ਚਲੋ ਅੱਧੀ ਕਲਾਸ ਨੂੰ ਇੱਥੇ ਖਤਮ ਕਰਾਂਗੇ ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਇਟਸ ਆਲ ਫਾਰ ਦਾ ਡੇ ਥੈਂਕ ਯੂ ਸੋ ਮੱਚ ਹੈਵ ਅ